ਛੁੱਟੀ ਹੈ ਖਿੰਗ ਖਿੰਗ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਿਸ ਠਾਕੁਰ ਸੋਨਾ ਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਉਹ ਸਮਰੱਥ ਹੈ ਉਸਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਅਸੀਂ ਉਸਦੀ ਕਿਰਤ ਹਾਂ ਉਸਦੀ ਰਚਨਾ ਹਾਂ ਉਹ ਜੀਵ ਜਿੰਨੇ ਕੁ ਸਵਾਸਾਂ ਦੀ ਪੂੰਜੀ ਲੈ ਕੇ ਉਹ ਮਾਤਾ ਰਤਨ ਕੌਰ ਜੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਏ ਸੀ ਅਤੇ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕਾਂ ਅਨੁਸਾਰ ਆਈ ਆਗਿਆ ਫਿਰ ਉਹ ਬੁਲਾਇਆ ਨਾ ਧਨ ਪੁੱਛੀ ਨਾ ਮਾਤਾ ਪਕਾਇਆ ਦੇ ਮਾਂ ਵਾਕਾਂ ਅਨੁਸਾਰ ਸੰਸਾਰਕ ਯਾਤਰਾ ਪੂਰੀ ਕਰਦਿਆਂ ਉਹ ਅਕਾਲ ਚਲਾਣਾ ਕਰ ਗਏ ਅਤੇ ਆਪਾਂ ਸਾਰਿਆਂ ਨੇ ਗੁਰਮਰਜ਼ਾਦਾ ਅਨੁਸਾਰ ਅੰਤੀ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ ਤੁਰਕੀ ਬਾਣੀ ਦੀ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਜਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਾਲ ਪਰਿਵਾਰ ਸਾਰਾ ਹੈ ਪਰਿਵਾਰਕ ਤੋਂ ਹੋ ਕਰਕੇ ਗੁਰਦੇਵ ਪਾਤਸ਼ਾਹ ਜੀਓ ਰੱਬੀ ਬਾਣੀ ਧੁਰਕੀ ਬਾਣੀ ਆਏ ਦਿਨ ਸਗਲੀ ਚਿੰਤ ਮਿਟਾਏ ਦਿਓ ਜਪਾ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਸਤਿਗੁਰੂ ਜੀ ਆਪ ਦੀ ਮਹਾਨ ਬਖਸ਼ਿਸ਼ ਦਾ ਸਤਿਕਾਰ ਗੁਰਬਾਣੀ ਦੇ ਸੰਪੂਰਨ ਤਰ੍ਹਾਂ ਭੋਗ ਪੈ ਚੁੱਕੇ ਨੇ ਗੁਰਦੇਵ ਪਾਤਸ਼ਾਹ ਉਪਰੰਤ ਆਪ ਖੁੱਲ੍ਹੇ ਪੰਡਾਲਾ ਗੁਰਦੇਵ ਪਾਤਸ਼ਾਹ ਜੀਓ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਰਾਜ ਧਿਆਨਾਂ ਦੇ ਮਹਾਂਵਾਕ ਅਨੁਸਾਰ ਗੁਰਬਾਣੀ ਦੇ ਨਿਰੋਲ ਕੀਰਤਨ ਕੀਤੇ ਗੁਰਦੇਵ ਪਾਤਸ਼ਾਹ ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਚੜ੍ਹਦੀ ਕਲਾ ਹਰਦਾਨੇ ਫਤਿਹ ਬਖਸ਼ਿਸ਼ ਕਰਨੀ ਗੁਰਦੇਵ ਪਾਤਸ਼ਾਹ ਸੁਣੀ ਕਿਰਪਾ ਕਰੋ ਬਖਸ਼ਿਸ਼ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚਰਨ ਦੀ ਸਮਰੱਥਾ ਬਾਲ ਬੁੱਧੀ ਬਖਸ਼ਿਸ਼ ਕਰੋ ਜੀ ਆਪ ਜੀ ਦਰ ਤੇ ਜੋ ਜੀ ਆਵੇ ਸੁਰਾਜੀ ਜਾਵੇ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਨ ਕੇ ਮਨਹੀ ਮਹਿ ਰਹੇ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤ ਰਸ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਦ ਮਿਥਿਆਈ ਜਨ ਭਜਨ ਰਾਮ ਕੋ ਸਹੀ ਫਿਰਤਾ ਫਿਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੈ ਕਿ ਅੱਜ ਅਸੀਂ ਮਾਤਾ ਰਤਨ ਕੌਰ ਜੀ ਦੀ ਅੰਤਮ ਅਰਦਾਸ ਸ਼ਾਮਿਲ ਹੋਣ ਆਏ ਹਾਂ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਫਤਿਹ ਅਰਜ਼ ਕਰਾਉਂਦਾ ਹਾਂ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਹੌਲ ਥੋੜ੍ਹਾ ਗਮਕੀਨ ਹੈ, ਇਮੋਸ਼ਨਲ, ਦੋ ਤਿੰਨ ਮਿੰਟ ਵੀ ਹੈਟੋਮੈਟ ਦਿਲ ਤੋਂ ਉੱਠ ਜਾਂਦੇ। ਅੱਜ ਆਪਾਂ ਉਸ ਮਾਤਾ ਰਤਨ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਜਿੰਨੇ ਵੀ ਰਿਸ਼ਤੇਦਾਰ ਔਰ ਸੱਜਣ ਬੇਲੀ ਜਿਨ੍ਹਾਂ ਜਿਨ੍ਹਾਂ ਵੀ ਪਰਿਵਾਰ ਦੇ ਨਾਲ ਖੂਨ ਦਾ ਰਿਸ਼ਤਾ ਜਾਂ ਪ੍ਰੇਮ, ਅੱਜ ਬੜੀ ਹੀ ਦੁੱਖ ਦੀ ਕੜੀ ਦੇ ਵਿੱਚ ਇਕੱਤਰ ਹੋਈ ਸੋਲ ਸਾਧ ਸੰਗਤ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਜਿੱਥੇ ਸਟੇਜ ਸੈਕਟਰੀ ਸਾਹਿਬ ਨੇ ਇਸ ਮਾਤਾ ਜੀ ਦੇ ਜੀਵਨੀ ਬਾਰੇ ਚਾਨਣਾ ਪਾਇਆ, ਉਹਨਾਂ ਦੀ ਅੰਤਮ ਅਰਦਾਸ ਤੱਕ ਇੱਕ ਇੱਕ ਗੱਲ ਉਹਨਾਂ ਨੇ ਦੱਸੀ। ਮਾਤਾ ਜੀ ਦੇ ਸੰਖੇਪ ਜੀਵਨੀ ਤੋਂ ਜਾਣੂ ਕਰਾਇਆ ਔਰ ਬੜਾ ਸੰਘਰਸ਼ਮਈ ਜੀਵਨ, ਉਹ 90 ਦਾ ਦਾਕਾ ਜਦੋਂ ਪੰਜਾਬ ਚ ਅਕਾਲੀਆਂ ਨੇ ਆਈਆਂ ਸੀ ਉਹਦੀ ਭੇਟ ਚੜ੍ਹ ਗਏ ਸਰ ਅਜੀਤ ਸਿੰਘ ਜੀ। ਬੜਾ ਔਖਾ ਹੁੰਦਾ, ਘਰ ਤੋਂ ਆਗੂ ਚੱਲ ਜਾਏ, ਘਰ ਦਾ ਸਿਆਣਾ। ਅੱਜ ਜੋ ਅਸੀਂ ਮਾਤਾ ਰਤਨ ਕੌਰ ਜੀ ਦੇ ਸੋਗਮਈ ਸਮਾਗਮ ਦੇ ਸੰਬੰਧ ਵਿੱਚ ਇਕੱਤਰ ਹੋਏ ਹਾਂ, ਕਿਉਂਕਿ ਅੱਜ ਇੱਕ ਮਾਂ ਦਾ ਸੋਗ ਦਾ ਸਮਾਗਮ ਹੈ ਔਰ ਅਸੀਂ ਜੇ ਇਤਿਹਾਸ ਵੇਖੀਏ ਜਾਂ ਪ੍ਰੈਕਟੀਕਲ ਵੇਖੀਏ ਤਾਂ ਮਾਂ ਤੋਂ ਉੱਤੇ ਕੋਈ ਰੁਤਬਾ ਨਹੀਂ। ਜੋ ਬੱਚੇ ਨੂੰ ਆਪਣੀ ਮਾਂ ਦੀ, ਪਰ ਜੋ ਮਨੁੱਖ ਜਾਂ ਇਸਤਰੀ ਇਸ ਸਮਾਜ ਚ ਆ ਕੇ ਕੋਈ ਚੰਗੀਆਂ ਗੱਲਾਂ ਕੋਈ ਵਧੀਆ ਗੱਲਾਂ ਪਰਿਵਾਰ ਲਈ ਸਮਾਜ ਲਈ ਕੋਈ ਕਰ ਜਾਵੇ ਤਾਂ ਫਿਰ ਦੁਨੀਆਂ ਇਸੇ ਤਰ੍ਹਾਂ ਯਾਦ ਕਰਦੀ ਹੈ। ਜਿਵੇਂ ਅੱਜ ਇੱਥੇ ਵੱਖ ਵੱਖ ਮਹਾਨ ਸ਼ਖਸੀਅਤਾਂ, ਸਰਪੰਚ, ਪੰਚ, ਬਲਾਕ ਸਮਿਤੀ ਦੇ ਮੈਂਬਰ ਸਾਹਿਬਾਨ,
ਸਹਿਕਾਰਤਾ ਭਾਗ ਤੋਂ ਸਹਿਕਾਰਤਾ ਲਹਿਰ ਤੋਂ ਆਏ ਵੱਖ ਵੱਖ ਜੋ ਆਇਆ ਸਚਲ ਸੀ ਸਭ ਕੋਈ ਆਏ ਵਾਰੀਏ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਰਤਨ ਕੌਰ ਜੀ ਪਿਛਲੇ ਦਿਨ ਸਾਨੂੰ ਸਭ ਨੂੰ ਸਦੀਵ ਵਿਛੋੜਾ ਦੇ ਗਏ। ਸਤਿ ਸੰਗਤ ਜੀ, ਜਿਵੇਂ ਅਸੀਂ ਵੇਖਦੇ ਹਾਂ ਰੋਜ਼ਾਨਾ ਜੀਵਨ ਵਿੱਚ ਕਿ ਜਿਸ ਦਰਸਤੀ ਜਾਂ ਡੂੰਘੀ ਹੁੰਦੀ ਹੈ ਉਹ ਕਈ ਮੁਸੀਬਤਾਂ ਝੱਲਦਾ ਪਰ ਉਸੇ ਸਥਾਨ 'ਤੇ ਆਪਣੀ ਹੋਂਦ ਕਾਇਮ ਰੱਖਦਾ ਹੈ। ਉਸੇ ਤਰ੍ਹਾਂ ਜਿਹੜੀਆਂ ਮਾਵਾਂ ਵੀ ਆ ਉਹ ਪਰਿਵਾਰਾਂ ਦਾ ਧੁਰਾ ਹੁੰਦਾ। ਅੱਜ ਆਪਾਂ ਇਕੱਤਰ ਹੋਏ ਹਾਂ ਜੀ ਮਾਤਾ ਰਤਨ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ। ਨਿੱਜੀ ਤੌਰ 'ਤੇ ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਖੜ੍ਹੇ ਹਾਂ। ਮੈਂ ਮਾਤਾ ਜੀ ਨੂੰ ਪਹਿਲੇ ਨਾਲ ਦਰਸ਼ਨ ਕੀਤੇ ਨਾ ਮੈਂ ਜਾਣਦਾ ਸੀ, ਪਰ ਅੱਜ ਮੈਂ ਆਪਣੇ ਬੜੇ ਸੁਭਾਗ ਸਮਝਦਾ ਕਿ ਐਸੀ ਮਾਤਾ ਜੀ ਨੂੰ ਬਿਨ ਨਾਮੇ ਬਿਨ ਮਰ ਜਾਇਆ
छोड़ा
Oh,
ਸਾਜ ਨਿਵਾਜੇ ਅੰਤਰ ਜੋਤ
ਵਿਸਰ ਗਈ ਜਿਨ ਦੀਆ ਸੋ ਚਿਤ ਨਾ ਆਵੇ ਮੋਹੇ ਅੰਧ ਲਪਟਾਣਾ ਮੇਰੀ ਅਗਿਆਨਤਾ ਦਾ ਹਨੇਰਾ ਮੈਂ ਹਨੇਰੇ ਵਿੱਚ ਉਲਝ ਗਿਆ ਤੇ ਸਾਡੀ ਮਨੁੱਖਾਂ ਦੀ ਹਾਲਤ ਇਹ ਹੈ ਸਤਿਗੁਰੂ ਮਾਟੀ ਕਾਕਿਆ ਧੋਪੈ ਸਵਾਮੀ ਮਾਨਸ ਕੀ ਗੱਤ ਇਹੀ ਜਿਸ ਤਰ੍ਹਾਂ ਮਿੱਟੀ ਨੂੰ ਕਦੀ ਪਾਣੀ ਨਾਲ ਵੀ ਧੋਤਾ ਨਹੀਂ ਜਾਂਦਾ ਉਲਟਾ ਪਾਣੀ ਗੰਧਲਾ ਕਰ ਜਾਂਦੀ ਹੈ ਸਤਿਗੁਰੂ ਅਸੀਂ ਵਿਕਾਰਾਂ ਦੀ ਮੈਲ ਨਾਲ ਇੰਨੇ ਮਲੀਨ ਹਾਂ ਰਹਿਮਤ ਕਰਿਓ
ਸਾਡੇ ਗੁਣਾਂ ਔਗਣਾਂ ਨੂੰ ਮਾਂ ਵਿਚਾਰਿਓ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਢਹਿ ਢੇਰੀ ਕਰਕੇ ਕਿ ਜਿਵੇਂ ਵੀ ਆ ਰੱਖ ਲਓ ਆਪਣੇ ਗੁਨਾਹਾਂ ਨੂੰ ਕਬੂਲਣ ਦਾ ਅੰਦਰ ਮਾਦਾ ਇਹ ਸ਼ਬਦ ਦੇ ਅੰਦਰ ਸਤਿਗੁਰੂ ਉਹ ਸਾਹਿਬ ਦੇ ਉਹ ਮਾਲਕ ਦੇ ਚਰਨਾਂ ਵਿੱਚ ਅਰਦਾਸ ਲਈ ਕਿੰਨੀ ਨਿਮਰਤਾ ਚਾਹੀਦੀ ਹੈ ਇਹ ਸ਼ਬਦ ਚੋਂ ਆਪਾਂ ਨੂੰ ਸਮਝ ਆ ਰਹੀ ਹੈ। ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿੰਦਗੀ ਉਸਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਅਸੀਂ ਉਸਦੀ ਕਿਰਤ ਹਾਂ ਉਸਦੀ ਰਚਨਾ ਹਾਂ
ਉਹ ਜੀਵ ਜਿੰਨੇ ਕੁ ਸਵਾਸਾਂ ਦੀ ਪੂੰਜੀ ਲੈ ਕੇ ਉਹ ਮਾਤਾ ਰਤਨ ਕੌਰ ਜੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਏ ਸੀ ਤੇ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕਾਂ ਅਨੁਸਾਰ ਆਈ ਆਗਿਆ ਫਿਰ ਉਹ ਬੁਲਾਇਆ ਨਾ ਤਨ ਪੁੱਛੀ ਨਾ ਮਾਤਾ ਪਕਾਇਆ ਦੇ ਮਾਂ ਵਾਕਾਂ ਅਨੁਸਾਰ ਸੰਸਾਰਕ ਯਾਤਰਾ ਪੂਰੀ ਕਰਦਿਆਂ ਉਹ ਅਕਾਲ ਚਲਾਣਾ ਕਰ ਗਏ ਅਤੇ ਆਪਾਂ ਸਾਰਿਆਂ ਨੇ ਗੁਰਮਰਜ਼ਾਦਾ ਅਨੁਸਾਰ ਅੰਤੀ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ ਤੁਰਕੇ ਬਾਣੀ ਦੇ ਅਖੰਡ ਪਾਠ ਸਾਹਿਬ ਤੋਂ ਉਪਰੰਤ ਖੁੱਲ੍ਹੇ ਪੰਡਾਲ ਦੇ ਅੰਦਰ ਸਤਿਗੁਰੂ ਜੀ ਦੀ ਰੱਬੀ ਬਾਣੀ ਦੇ ਕੀਰਤਨ ਨਾਲ ਆਪਾਂ ਸਾਹਿਬਾਂ ਦੇ ਚਰਨਾਂ 'ਚ ਜੋਦੜੀ ਕੀਤੀ ਹੈ। ਸਤਿਗੁਰੂ ਰਹਿਮਤ ਕਰਨ ਵਿਛੜੀ ਹੋਈ ਜੀਵਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਿੱਛੇ ਸਾਰਿਆਂ ਨੂੰ ਆਣਾ ਮੰਨਣ ਦਾ ਵਲ ਬਖਸ਼ਣ ਪੜ੍ਹੀ ਸੁਣੀ ਬਾਣੀ ਸਾਡੇ ਹਿਰਦੇ 'ਤੇ ਵਸੇ ਆਓ ਸਾਰੇ ਮਿਲ ਕੇ ਅਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਕਰੀਏ। ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਿਆ ਨਿਰਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਬ ਸਿੱਧੀ ਮਨ ਵਜਿਆ ਵਾਦਾ ਰਾਮ ਰਤਨ ਪਰਵਾਰ ਕਰੀਆ ਸ਼ਬਦ ਗਾਵਣਿਆ ਛੱਡੋ ਤਗਾ ਮੈਂ ਹਰੀਏ ਤੇਰਾ ਮਨ ਜੀ ਵਸਾ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਿਆ ਤੋਂ ਸਦਾ ਰਹੁ ਸਾਚੇ ਸਾਹਿਬਾ ਜਾਨਨ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਹੀ ਸੁਭਾਵ ਸਦਾ ਸੁਖ ਸਰਾਹਾ ਤੇਰੀ ਨਾਮ ਅਨੁਸਾਵੇ ਨਾਮ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਮਾਨਕ ਸੱਚੇ ਸਾਹਿਬ ਜਾਨਨ ਕਰਤੇ ਸੱਚਾ ਨਾਮ ਮੇਰਾ ਆਗਾ ਸਾਚ ਨਾਮ ਆਧਾਰ ਮਿਆ ਜਿਨ ਤੁਖਾ ਸਭ ਦੁਆਈ ਸਾਫ ਸੁਖ ਮਨ ਪਾਏ ਵਸਿਆ ਜੇ ਪਿਛਾ ਸਭ ਪੁਜਾਰੀਆ ਗੁਰਬਾਣ ਚਿੱਤਾ ਗੁਰ ਮਿੱਠੋ ਜਿਸ ਦੀ ਆਈ ਬਣਿਆਈਆਂ ਕਹਿ ਨਾਨਕ ਸੋ ਸੰਤੋਸ਼ ਸਭ ਕਰੋ ਪਿਆ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਜਗਕਾਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਕਰਤਾਰੀਆ ਪੰਚ ਦੂਰ ਤੋਂ ਦਵਾਸ ਕੀਤੇ ਕਾਲ ਕੰਠ ਤੁਮਾਰਿਆ ਕਰਮ ਪਾਇਆ ਤੂੰ ਜਿਨ ਤੋਂ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਹੋਆ ਤੂੰ ਕਰ ਅਨਹਦ ਵਾਜੇ ਸੁਣੋ ਮਣ ਪਾਤਲੋ ਸਗਲ ਮਰੋੜ ਤੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਲੋਕ ਪਵਨ ਗੁਰੂ ਪਾਣੀ ਕਿਤਾਬ ਮਾਤਾ ਤਰਕ ਮਹਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖੀ ਉਜਲੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ
ਰਾਮਦਾਸਾਂ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਥੇ ਸਭ ਖੁਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਣਾ ਜੀ ਸਹਾਇ ਸਭ ਸੁਇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਦੋ ਜਹਾਨ ਕੇ ਵਾਲੇ ਸਤਿਗੁਰੂ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਰੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਕਟਾਏ ਖੋਪਰੇ ਨਹਾਈਆਂ ਚਰਕੜੀਆਂ ਤੇ ਚੜੇ ਤਨ ਆਰਣ ਚੁਰਾਏ ਗਏ ਗੁਰਦੁਆਰਿਆਂ ਨੂੰ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਸਿਦਕਾ ਕੇਸਾਂ ਸਵਾਸਾਂ ਸੰਗ ਨਿਭਾਏ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰੋ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਵੇ ਜਿੱਥੇ ਆਉਣ ਦਾ ਸਤਿਕਾਰ ਸਭ ਕੋ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਬਿਰਦ ਕੇ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਸਹੁ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੂੰਗੇ ਜੁਗੋ ਜੁਗ ਟਲ ਧਰਮ ਕਾ ਜੈ ਜੈਕਾਰ ਧਰਮ ਜਵਾ ਦਾ ਹੋਵੇ ਖਾਲਸੇ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਆਪਣੇ ਪੰਥ ਤੇ ਸਦਾ ਸਹਾਈ ਦਤਾਲ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਪੰਥ ਖਾਲਸਾ ਬਖਸ਼ੋ ਜੀ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਨ ਨਹਿ ਉੱਠਿਆਂ ਦੀ ਔਰ ਸੱਚੇ ਪਿਤਾ ਧੰਨ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਦੀ ਗੁਰਬਾਣੀ ਦਾ ਹੁਕਮ ਹੈ ਰਾਣਾ ਰਾਵਣਾ ਕੋਰ ਹੈ ਰਾਂਗਣਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਏ ਭੱਲੇ ਆਵੇ ਨਾਨਕਾ ਸਦੈ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦਰਗਾਹ ਦੇ ਸੇਵਕ ਬੀਬੀ ਰਤਨ ਕੌਰ ਗੁਰਦੇਵ ਪਾਤਸ਼ਾਹ ਆਪ ਜੀ ਬਖਸ਼ੀ ਆਰਜੂ ਭੋਗ ਕੇ ਸੰਸਾਰ ਉਹਨਾਂ ਦੇ ਰੂਹ ਦੇ ਪਰਿਵਾਰ ਨੂੰ ਸਾਰਾ ਹੀ ਪਰਿਵਾਰ ਇਕੱਤਰ ਹੋ ਕਰਕੇ ਗੁਰਦੇਵ ਪਾਤਸ਼ਾਹ ਜੀਓ ਰੱਬੀ ਬਾਣੀ ਧੁਰਕੀ ਬਾਣੀ ਆਏ ਦਿਨ ਸਗਲੀ ਚਿੰਤ ਮਿਟਾਏ ਦਿਆ ਜਪਾ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਸਤਿਗੁਰੂ ਜੀ ਆਪ ਜੀ ਮਹਾਨ ਬਖਸ਼ਿਸ਼ ਦਾ ਸਤਿਕਾਰ ਗੁਰਬਾਣੀ ਦੇ ਸੰਪੂਰਨ ਤਰ੍ਹਾਂ ਭੋਗ ਪੈ ਚੁੱਕੇ ਨੇ ਗੁਰਦੇਵ ਪਾਤਸ਼ਾਹ ਉਪਰੰਤ ਆਪ ਖੁੱਲ੍ਹੇ ਪੰਡਾਲਾ ਗੁਰਦੇਵ ਪਾਤਸ਼ਾਹ ਜੀਓ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਰਾਜ ਧਿਆਨਾਂ ਦੇ ਮਹਾਂਵਾਕ ਅਨੁਸਾਰ ਗੁਰਬਾਣੀ ਦੇ ਨਿਰੋਲ ਕੀਰਤਨ ਕੀਤੇ ਗੁਰਦੇਵ ਪਾਤਸ਼ਾਹ ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ
ਚੜ੍ਹਦੀ ਕਲਾ ਨਾਨੇ ਫਤਿਹ ਬਖਸ਼ਿਸ਼ ਕਰਨੀ ਗੁਰਦੇਵ ਪਾਤਸ਼ਾਹ ਜੀ ਨੇ ਕਿਰਪਾ ਕਰੋ ਬਖਸ਼ਿਸ਼ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚਰਨ ਦੀ ਸਮਰੱਥਾ ਮੁਬਾਰਕੀ ਬਖਸ਼ਿਸ਼ ਕਰੋ ਜੀ ਆਪ ਜੀ ਦਰ ਤੇ ਜੋ ਜੀ ਆਵੇ ਸੁਰਾਜੀ ਜਾਵੇ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਏ ਆਗਿਆ ਸੋਨਿਹਾ ਸਤਿਆਕਾਰ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਖ ਮਹਲਾ ਨਵਾਂ ਮਨ ਕੇ ਮਨ ਹੀ ਮਾਹੇ ਰਹੇ ਮਨ ਕੇ ਮਨ ਹੀ ਮਾਹੇ ਰਹੇ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੇ ਰਹਾਉ ਦਾਰਾ ਮੀਤ ਪੂਤ ਰਸ ਸੰਪਤ ਧਨ ਪੂਰਨ ਸਭ ਮਹੇ ਅਵਰ ਸਗਦ ਮਿਥਿਆਏ ਜਨ ਭਜਨ ਰਾਮ ਕੋ ਸਹੀ ਫਿਰਤਾ ਫਿਰਤਾ ਆਪ ਸਭ ਨੂੰ ਪਤਾ ਹੈ ਕਿ ਅੱਜ ਅਸੀਂ ਮਾਤਾ ਰਤਨ ਕੌਰ ਜੀ ਦੀ ਅੰਤਮ ਅਰਦਾਸ ਸ਼ਾਮਿਲ ਹੋਣ ਆਏ ਹਾਂ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਫਤਿਹ ਅਰਜ਼ ਕਰਾਉਂਦਾ ਹਾਂ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਹੌਲ ਥੋੜ੍ਹਾ ਗਮਕੀਨ ਹੈ ਇਮੋਸ਼ਨਲ ਦੋ ਤਿੰਨ ਮਿੰਟ ਵੀ ਐਟੋਮੈਟ ਦਿਲ ਤੋਂ ਉੱਠ ਜਾਂਦੇ ਨੇ। ਅਸੀਂ ਦੋ ਤਿੰਨ ਬੁਲਾਰੇ ਬੁਲਾਵਾਂਗੇ ਅਤੇ ਬਿਲਕੁਲ 2:15 ਆਪਾਂ ਇੱਥੇ ਸਮਾਪਤੀ ਕਰਾਂਗੇ। ਉਸ ਤੋਂ ਪਹਿਲਾਂ ਮੈਂ 1-2 ਮਿੰਟ ਲਈ ਚਾਚੀ ਜੀ ਵਾਸਤੇ ਕੁਝ ਗੱਲਾਂ ਕਹਿਣੀਆਂ ਨੇ। 10 ਰੁਪਏ ਉੱਥੇ ਰੱਖੇ ਥੋੜ੍ਹਾ ਔਖਾ ਮਹਿਸੂਸ ਹੋ ਰਿਹਾ ਸਕਦਾ ਵੱਖ ਵੱਖ ਸ਼ਖਸੀਅਤਾਂ ਅੱਜ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਆਈਆਂ ਨੇ। ਮੈਂ ਬਿਨਾਂ ਨਾਂ ਲੈਣ ਤੋਂ ਪਹਿਲਾਂ ਉਹਨਾਂ ਸਾਰਿਆਂ ਦਾ ਇੱਥੇ ਆਉਣ 'ਤੇ ਸ਼ੁਕਰ ਗੁਜ਼ਾਰ ਹਾਂ ਪਰਿਵਾਰ ਵੱਲੋਂ। ਅੱਜ ਫੜ ਕੇ ਅਸੀਂ ਬੀਬੀ ਰਤਨ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹਾਂ। ਜੋ ਰਿਸ਼ਤੇ 'ਚ ਮੇਰੇ ਚਾਚੀ ਜੀ ਲੱਗਦੇ ਨੇ ਇਹਨਾਂ ਦੀ ਜੀਵਨੀ
ਇੱਕ ਕੰਡਿਆ ਭਰੀ ਜੀਵਨੀ ਹੈ। ਪਿਛੋਕੜ ਆਪ ਲਗਭਗ ਸਾਰੇ ਰਿਸ਼ਤੇਦਾਰ ਜਾਣਦੇ ਜੀ ਕਿ ਸੰਨ 88 ਦੇ ਵਿੱਚ ਇੱਕ ਮਾੜੇ ਮਾਹੌਲ ਦੌਰਾਨ ਚਾਚਾ ਜੀ ਨੂੰ ਮੌਤ ਦੇ ਪੰਜਿਆਂ ਨੇ ਆ ਕੇ ਰਿਹਾ। ਉਸ ਤੋਂ ਬਾਅਦ ਰੱਬ ਦਿਆਲ ਜੋ ਬਹੁਤ ਛੋਟਾ ਸੀ ਉਹਨਾਂ ਦੀਆਂ ਬੇਟੀਆਂ ਜੋ ਬਹੁਤ ਛੋਟੀਆਂ ਸੀ ਉਹਨਾਂ ਦੀ ਜ਼ਿੰਮੇਵਾਰੀ ਚਾਚੀ ਜੀ ਨੇ ਬੜੀ ਦ੍ਰਿੜਤਾ ਨਾਲ ਨਿਭਾਈ। ਜਿੱਥੇ ਵਿਰਸੇ ਚੋਂ ਜਿਹੜਾ ਗਏ ਇਹਨਾਂ ਦੇ ਪਿਤਾ ਜੀ ਇੱਕ ਤਹਿਸੀਲਦਾਰ ਸਨ ਤੇ ਪੜ੍ਹੇ ਲਿਖੇ ਵੀ ਸਨ, ਇਸ ਲਈ ਹਿੰਮਤ ਇਹਨਾਂ ਨੂੰ ਗੁੜਤੀ ਚੋਂ ਮਿਲੀ ਸੀ। ਸੁਭਾਵਿਕ ਤੌਰ ਤੇ ਇਹ ਪੂਰੀ ਬਹਾਦਰੀ ਦੇ ਨਾਲ ਜ਼ਿੰਦਗੀ ਨੂੰ ਜੀਵੇ ਨੇ। ਚਾਚਾ ਜੀ ਦੇ ਉਸ ਵਕਤ ਚਲੇ ਜਾਣ ਤੋਂ ਬਾਅਦ ਇਹਨਾਂ ਨੇ ਜ਼ਿੰਦਗੀ ਦਾ ਬੀੜਾ ਆਪਣੇ ਸਿਰ ਤੇ ਚੁੱਕਿਆ। ਇਹ ਬੱਚਿਆਂ ਦੀ ਪਾਲਣ ਪੋਸ਼ਣ ਕੀਤੀ ਬਹੁਤ ਵਧੀਆ ਤਰੀਕੇ ਦੇ ਨਾਲ। ਜਿੱਥੇ ਪ੍ਰਭ ਦਿਆਲ ਸਿੰਘ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਨੇ ਉੱਥੇ ਇਹਨਾਂ ਦੀਆਂ ਚਾਰੇ ਬੇਟੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਤੇ ਚੰਗੇ ਪਰਿਵਾਰ ਦੇ ਨਾਲ ਜਿਹੜਾ ਉਹਨਾਂ ਦਾ ਮਿਲਾਪ ਹੋਇਆ ਤੇ ਇੱਕ ਬੇਟੀ ਗੌਰਮੈਂਟ, ਦੋ ਬੇਟੀਆਂ ਗੌਰਮੈਂਟ ਸਰਵਿਸ ਦੇ ਵਿੱਚ ਨੇ, ਇੱਕ ਦੋ ਬੇਟੀਆਂ ਜਿਹੜੀਆਂ ਘਰੇਲੂ ਕੰਮਕਾਰ ਦੇ ਵਿੱਚ ਨੇ, ਪਰ ਸਾਰੀਆਂ ਹੀ ਜਿਹੜੀਆਂ ਬੜੀਆਂ ਅਸੀਂ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਚੰਗੀ ਪਾਲਣ ਪੋਸ਼ਣ ਦਾ ਨਤੀਜਾ ਹੈ ਕਿ ਉਹਨਾਂ ਨੇ ਅੱਗੇ ਆਪਣੇ ਪਰਿਵਾਰ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ। ਇੱਕ ਗੱਲ ਮੈਂ ਕਹਾਂ ਕਿ ਮਾਂ ਜਾਂ ਕਲਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸੁਰਗ ਬਣਾਏ। ਹੋਰ ਸਾਰੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਨੇ ਪਰ ਮਾਂ ਵਰਗਾ ਬੂਟਾ ਫੁੱਲ ਟੁੱਟੇ ਤੇ ਕਮਲਾਏ। ਮਾਂ ਇੱਕ ਬਹੁਤ ਉੱਚੀ ਚੀਜ਼ ਆ। ਪ੍ਰਭ ਦਿਆਲ ਸਿੰਘ ਕੰਮ ਜ਼ਿੰਦਗੀ ਵਿੱਚ ਮੇਰਾ ਖਿਆਲ ਇਹਨੇ ਆਪਣੇ ਸਿਰ ਤੇ ਕਦੀ ਬੋਝ ਨਹੀਂ ਲਿਆ। ਤੂੰ ਕਦੀ ਮਾਂ ਦੇ ਨਾਲ ਸੀ ਤੇ ਮਾਂ ਨੇ ਉਹਨੂੰ ਬਾਪ ਦੀ ਕਮੀ ਕਦੀ ਮਹਿਸੂਸ ਨਹੀਂ ਹੋਣ ਦਿੱਤੀ। ਮੈਂ ਵੀ ਗੱਲ ਕਹਿੰਦਾ ਕਿ 17 ਸਾਲ ਜ਼ਿੰਦਗੀ ਦੇ ਜਿਸ ਔਰਤ ਨੇ ਇੱਕ ਕੁਰਸੀ ਦੇ ਕੱਟੇ ਹੋਣ ਤੇ ਉਹਨੇ ਕਦੀ ਇਹ ਆਪਣੀ ਜ਼ਿੰਦਗੀ ਨੂੰ ਕਦੀ ਵੀ ਗਿਲਾ ਨਾ ਕੀਤਾ ਹੋਵੇ, ਇਹ ਤਾਂ ਉਹਦੇ ਅੰਦਰ ਕੋਈ ਵੱਖਰੀ ਰੂਹ ਸੀ ਜਿਸ ਕਰਕੇ ਇਹ ਜਿਹੜੀ ਜ਼ਿੰਦਗੀ ਨੂੰ ਆਪਣੇ ਨੂੰ ਇੱਥੋਂ ਤੱਕ ਲੈ ਕੇ, ਵਰਨਾ ਅਸੀਂ ਦੋ ਤਿੰਨ ਦਿਨ ਬਿਮਾਰ ਹੋ ਜਾਈਏ
ਤਾਂ ਆਪਾਂ ਕਹਿੰਦੇ ਹਾਂ ਕਿ ਰੱਬਾ ਚੁੱਕ ਲਾ, ਪਰ ਚਾਚੀ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਮਾਵਾਂ ਠੰਡੀਆਂ ਛਾਵਾਂ, ਮਾਂ ਤੁਰ ਜਾਣ ਤੋਂ ਬਾਅਦ ਵਾਪਸ ਨਹੀਂ ਆਉਂਦੀ, ਨਾ ਮਾਂ ਵਰਗਾ ਲਾਡ ਕਿਸੇ ਨੇ ਲਡਾਉਣਾ, ਨਾ ਮਾਂ ਵਰਗਾ ਟੋਕਣ ਵਾਲਾ ਇਨਸਾਨ ਕਦੀ ਮਿਲਣਾ। ਗੱਲ ਕਰਾਂ ਮੈਂ ਕਿ ਪ੍ਰਭ ਦਿਆਲ ਸਿੰਘ ਨੇ ਆਪਣੀ ਮਾਤਾ ਦੇ ਉੱਤੇ ਕਦੀ ਗੁੱਸਾ ਜ਼ਾਹਰ ਨਹੀਂ ਕੀਤਾ, ਕਿਸ ਤਰ੍ਹਾਂ ਵੀ ਇਹਨਾਂ ਨੇ ਸਾਰੇ ਨੇ ਆਪਣੇ ਆਪਣੇ ਥਾਂ ਤੇ ਜਿਹੜਾ ਫਰਜ਼ ਬਣਦਾ ਸੀ ਇੱਕ ਮਾਂ ਨੂੰ ਸੇਵਾ ਕਰਨ ਦਾ, ਸਾਰੇ ਨਗਰ ਨੂੰ ਪਤਾ ਹੈ, ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੈ ਕਿ ਕੁਛ ਵੀ ਸੀ ਇਸ ਪਰਿਵਾਰ ਨੇ ਉਸ ਮਾਂ ਦੀ ਬਹੁਤ ਸੇਵਾ ਕੀਤੀ। ਜੇ ਕਿਉਂਕਿ ਛੋਟੀ ਉਮਰ ਵਿੱਚ ਚਲ ਜਾਣ ਤੋਂ ਬਾਅਦ ਸੁਰਾਜ ਦਾ ਮੈਰਿਜ ਹੋਈ, ਪ੍ਰਭੂ ਦਿਆਲ ਛੋਟਾ ਸੀ, ਜਗਜੀਤ ਭਾਜੀ ਇਸ ਪਰਿਵਾਰ ਦਾ ਬਹੁਤ ਵੱਡਾ ਸਹਾਰਾ ਬਣ ਕੇ ਰਹੇ, ਤੇ ਇਸੇ ਤਰ੍ਹਾਂ ਇਹਨਾਂ ਦੇ ਗੜੀ ਜਿਹੜੇ ਬੱਚੇ ਸੀ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ, ਗੁਰਕੀਰਤ ਹਰਕੀਰਤ ਬਾਕੀ ਸਾਰਿਆਂ ਨਾਲ ਇਸ ਤਰ੍ਹਾਂ ਦਾ ਪਿਆਰ ਮੁਹੱਬਤ ਹੁੰਦੀ ਹੈ। ਤੇ ਮੈਂ ਇਹ ਗੱਲ ਕਹਿੰਦਾ ਕਿ ਗੁਰਕੀਰਤ ਤੇ ਹਰਕੀਰਤ ਦੇ ਚਾਚੇ ਦੇ ਬੇਟੇ ਜਿਹੜੇ ਆ, ਮੈਂ ਹੈਰਾਨ ਸਾਂ ਕਿ ਉਹਨਾਂ ਨੇ ਜਿਹੜਾ ਫਰਜ਼ ਨਿਭਾਇਆ ਜਦੋਂ ਬਿਮਾਰ ਸੀਗੇ ਉਹ ਵੀ ਕਾਬਲੇ ਤਾਰੀਫ ਆ। ਸਿਰਫ ਜ਼ਿੰਦਗੀ ਵਿੱਚ ਉਹ 3 ਦਿਨ ਬਿਮਾਰ ਰਹੇ, ਬਿਮਾਰੀ ਉਹਨਾਂ ਬਹੁਤ ਲੰਬੀ ਪੋਗੀ ਕਿਉਂਕਿ ਉਹਨਾਂ ਨੂੰ ਕੈਂਸਰ ਵਰਗੀ ਨਾਮ ਰਾਤ ਬਿਮਾਰੀ ਨੇ ਆ ਦਬੋਚਿਆ ਸੀ। ਜ਼ਿੰਦਗੀ ਵਿੱਚ ਹਾਲੇ ਜਿਹੜੀ ਆ ਇੱਕ ਭੀੜ ਬਾਕੀ ਸੀ ਜਿਹਦੇ ਵਿੱਚੋਂ ਅਣਜਾਣ ਸੀ, ਜ਼ਿੰਦਗੀ ਦੀ ਬਹੁਤ ਲੰਬੀ ਲੜਾਈ ਲੜੀ ਰਤਨ ਕੌਰ ਜੀ ਨੇ। ਪਰ ਅਕਸਰ ਆਪਾਂ ਨੂੰ ਜ਼ਿੰਦਗੀ ਨੂੰ ਮੌਤ ਸਾਹਮਣੇ ਹਰਨਾ ਪੈਂਦਾ ਆ, ਇਸ ਲੜਾਈ ਨੂੰ ਉਹ ਜਿੱਤ ਨਾ ਸਕੀ ਤੇ ਆਖਰ ਇਸ ਫਾਨੀ ਸੰਸਾਰ ਨੂੰ ਸਰੀਰਕ ਰੂਪ ਵਿੱਚ ਜਿਹੜੇ ਆ ਉਹ ਸਾਡੇ ਤੋਂ ਅਲਵਿਦਾ ਹੋ ਗਏ। ਇਸੇ ਤਰ੍ਹਾਂ ਸਾਰੇ ਹੀ ਪਰਿਵਾਰ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੂੰ ਇਸ 17 ਸਾਲ ਦੀ ਲੰਬੀ ਜੱਦੋ ਜਹਿਦ ਵਿੱਚ ਜੀ ਕੇ ਖੜਨ ਦਾ, ਮੈਂ ਫਕਰ ਕਰਦਾ ਇਹੋ ਜਿਹੇ ਬੱਚਿਆਂ ਦੇ ਕਿ ਹਰ ਮਾਂ ਨੂੰ ਪ੍ਰਭ ਦਿਆਲ ਵਰਗਾ ਬੇਟਾ ਨਸੀਬ ਹੋਵੇ, ਇਹੋ ਜਿਹੀਆਂ ਬੇਟੀਆਂ ਨਸੀਬ ਹੋਣ। ਸਾਰੇ ਹੀ ਇਸ ਪਰਿਵਾਰ ਨੇ ਬਹੁਤ ਜ਼ਿਆਦਾ ਜਿਹੜੀ ਆ ਕਿ ਬਹੁਤ ਕਰਮਾਂ ਵਾਲੀਆਂ ਉਹ ਮਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਜਿਹੜੇ ਆ ਸਿਰਾਂ ਤੇ ਪੈਰ ਉਠਾ ਕੇ ਰੱਖਦੇ ਆ, ਤੇ ਕਿਉਂਕਿ ਇਸ ਸੰਸਾਰ ਤੇ ਜੋ ਆਇਆ ਉਸਨੇ ਜਾਣਾ ਵੀ ਹੈ, ਸਾਰਿਆਂ ਚਲੇ ਜਾਣਾ ਆਪਣਾ, ਵਾਰੋ ਵਾਰੀ ਹਰ ਇੱਕ ਬੰਦੇ ਨੇ ਚਲੇ ਜਾਣਾ। ਮੈਂ ਸਿਜਦਾ ਕਰਦਾ ਹਾਂ ਆਪਣੀ ਚਾਚੀ ਜੀ ਨੂੰ ਇਸ ਸੰਘਰਸ਼ਮਈ ਜ਼ਿੰਦਗੀ ਨੂੰ ਜਿਉਣ ਤੇ, ਉਹਨਾਂ ਦੀ ਇਸ ਲੰਬੀ ਲੜਾਈ ਨੂੰ ਜਿਉਣ ਤੇ ਮੇਰਾ ਲੱਖ ਲੱਖ ਸਿਜਦਾ ਹੈ ਅਸੀਂ ਮਾਂ ਨੂੰ, ਜੁਗ ਜੁਗ ਜੀਵਨ ਸਾਰੀਆਂ ਮਾਵਾਂ। ਮਾਂ ਜਿਹੜਾ ਮਾਂ ਵਰਗਾ ਲਾਡ ਕਿਸੇ ਨੇ ਲਡਾਉਣਾ ਨਹੀਂ, ਮਾਂ ਵਰਗਾ ਕਿਸੇ ਨੇ ਚੂੜੀ ਨਹੀਂ ਦੇਣੀ ਕਿਸੇ ਨੂੰ, ਨਾ ਮਾਂ ਵਰਗਾ ਕਿਸੇ ਨੇ ਟੋਕਣਾ ਆ। ਸਿਰਫ ਮਾਂ ਹੁੰਦੀ ਏ ਜਿਹੜੀ ਆਪਣੇ ਬੱਚੇ ਨੂੰ ਗਲਤੀ ਤੋਂ ਰੋਕਦੀ ਏ, ਟੋਕਦੀ ਏ, ਉਸਨੂੰ ਪਿਆਰ ਕਰਦੀ ਏ, ਦੁਲਾਰ ਕਰਦੀ ਏ। ਇਹ ਤਾਂ ਗੱਲ ਦਾ ਪਤਾ ਹੈ ਕਿ ਪ੍ਰਭ ਦਿਆਲ ਤੈਨੂੰ ਤੇਰੀ ਮਾਂ ਨੇ
ਹੁਣ ਆ ਕੇ ਆਵਾਜ਼ ਨਹੀਂ ਦੇਣੀ, ਭਾਵੇਂ ਬੂਹਾ ਸੌ ਵਾਰ ਖੜਕੀਗਾ ਤੈਨੂੰ ਭੁਲੇਖੇ ਪੈਣਗੇ, ਪਰ ਉਸ ਮਾਂ ਨੇ ਵਾਪਸ ਨਹੀਂ ਆਉਣਾ, ਉਹ ਮਾਂ ਤੇਰੇ ਦਿਲ ਵਿੱਚ ਹਮੇਸ਼ਾ ਜਾਗਦੀ ਰਹੇਗੀ। ਸੋ ਮੈਂ ਆਪਣੀ ਗੱਲ ਨੂੰ ਜ਼ਿਆਦਾ ਲੰਬਾ ਨਹੀਂ ਖੜਾਂਗਾ ਕਿਉਂਕਿ ਟਾਈਮ ਬਹੁਤ ਹੋ ਗਿਆ, ਦੋ ਚਾਰ ਬੁਲਾਰੇ ਜਿਹੜੇ ਆ ਅਸੀਂ ਬੁਲਾ ਕੇ ਸਮਾਪਤੀ ਕਰਾਂਗੇ। ਸਾਡੇ ਬਹੁਤ ਸਾਰੇ ਜਿਹੜੇ ਇੱਥੇ ਸਾਥੀ ਪ੍ਰਭ ਦਿਆਲ ਦੇ ਇਸ ਸੋਗਮਈ ਜਿਹੜੀ ਆ ਅੰਤਮ ਅਰਦਾਸ ਸ਼ਾਮਿਲ ਹੋਏ ਆ, ਮੈਂ ਉਹਨਾਂ ਦਾ ਆਖਰ ਵਿੱਚ ਸਾਰਿਆਂ ਦਾ ਧੰਨਵਾਦ ਕਰਾਂਗਾ, ਨਾਮ ਵੀ ਲਵਾਂਗਾ। ਪ੍ਰੈਸ ਵਾਲੇ ਵੀ ਸਾਡੇ ਇੱਥੇ ਵੀਰ ਆਏ ਆ, ਰਣਜੀਤ ਜੋਸ਼ਨ ਜੀ ਆਏ ਆ, ਸਾਡੇ ਵੀ ਸਾਡੇ ਡੇਰੀਵਾਲ ਤੋਂ ਵੀ ਕਵਰਿੰਗ ਕਰ ਰਹੇ ਆ ਅਤੇ ਫਾਸਟ ਵੇ ਚੈਨਲ ਤੋਂ ਵੀ ਕਰ ਰਹੇ ਆ। ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਦੇ ਪ੍ਰਧਾਨ ਜੀ ਨੂੰ ਆਵਾਜ਼ ਦਿੰਦਾ ਹਾਂ ਕਿ ਦੋ ਮਿੰਟ ਦੇ ਲਈ ਉਹ ਚਾਚੀ ਜੀ ਦੇ ਲਈ ਕੁਝ ਕਹਿਣ। ਉਹਨਾਂ ਨੂੰ ਪਰ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੁਰ ਦੇ ਵਿੱਚ ਜੁੜ ਬੈਠੇ ਸਾਧ ਸੰਗਤ ਜੀ, ਅੱਜ ਆਪਾਂ ਉਸ ਮਾਤਾ ਰਤਨ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਜਿੰਨੇ ਵੀ ਰਿਸ਼ਤੇਦਾਰ ਔਰ ਸੱਜਣ ਬੇਲੀ ਜਿੰਨਾ ਜਿੰਨਾ ਵੀ ਪਰਿਵਾਰ ਦੇ ਨਾਲ ਖੂਨ ਦਾ ਰਿਸ਼ਤਾ ਜਾਂ ਪ੍ਰੇਮ ਦਾ ਰਿਸ਼ਤਾ ਇੱਥੇ ਅੱਜ ਇਕੱਤਰ ਹੋਏ ਹਾਂ, ਸੋਈ ਸਭ ਕੁਝ ਹੀ ਮੇਰੇ ਤੋਂ ਪਹਿਲਾਂ ਮੇਰੇ ਵੀਰ ਨੇ ਉਹਨਾਂ ਦੀ ਸਿੱਖੀ ਦੱਸ ਦਿੱਤੀ ਆ। ਸੋਈ ਮੈਂ ਤੇ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭਰਮ ਦੀਆਂ ਭੰਬੀਰੀਆਂ ਜੇ ਇੱਕ ਲੱਤ ਅਸੀਂ ਖੁੱਭ ਜਾਂਦੀ ਆ, ਕੱਢਦੇ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਤੇ ਦੂਜੀ ਸਾਡੀ ਜਕੜੀ ਜਾਂਦੀ ਆ। ਇਸ ਕਰਕੇ ਸੋ ਸਤਿਗੁਰਾਂ ਨੇ ਉਹਨਾਂ ਤੇ ਬੜੀ ਕਿਰਪਾ ਕੀਤੀ, ਇਹੋ ਹੀ ਨਿਸ਼ਾਨੀਆਂ ਹੁੰਦੀਆਂ ਬੇਟੀਆਂ ਦੇ ਰਿਸ਼ਤੇਦਾਰ ਚੰਗੇ ਬਣੇ ਔਰ ਉਹਨਾਂ ਰਿਸ਼ਤੇਦਾਰਾਂ ਨੇ ਵੀ ਜਿਹੜਾ ਇਨਸਾਨ ਦਾ ਫਰਜ਼ ਬਣਦਾ, ਪ੍ਰਭ ਦਿਆਲ ਸਿੰਘ ਦੇ ਭੜਵਈਆ ਨੇ ਵੀ ਉਹ ਆਪਣੇ ਫਰਜ਼ ਨੂੰ ਬੜਾ ਹੋਸ਼ ਦੇ ਨਾਲ ਨਿਭਾਉਣਾ ਕੀਤਾ, ਪਰਿਵਾਰ ਦੇ ਨਾਲ ਹਰ ਵੇਲੇ ਕਿਸੇ ਵੇਲੇ ਵੀ ਉਹਨਾਂ ਨੂੰ ਲੋੜ ਬਣੀ ਪਰ ਉਹ ਉਸੇ ਵੇਲੇ ਹਾਜ਼ਰ ਹੋਏ। ਸੋਈ ਮੈਂ ਆਪਣੇ ਵੱਲੋਂ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਸਾਂਝਾ ਸਿਆਣਾ ਵਾਲੇ ਆਪਣੇ ਆਪਣੇ ਕੰਮਾਂ ਨੂੰ ਛੱਡ ਕੇ ਜੋ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ, ਪਰਿਵਾਰ ਦੇ ਨਾਲ ਦੁੱਖ ਵੰਡਾਉਣ ਕਰਕੇ ਸਹਾਇਕ ਹੋਏ ਹਾਂ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਭ ਦਿਆਲ ਸਿੰਘ ਨੂੰ ਸਤਿਗੁਰੂ ਕਿਰਪਾ ਕਰਨ ਰਹਿਮਤਾ ਕਰਨਾ, ਉਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਦਾ ਹੱਥ ਧਰਕੇ ਤੇ ਪ੍ਰਭ ਦਿਆਲ ਸਿੰਘ ਦੇ ਸਿਰ ਤੇ ਮਿਹਰ ਦਾ ਹੱਥ ਧਰਕੇ ਜੋ ਸਤਿਗੁਰੂ ਕਿਰਪਾ ਕਰਨ ਰਹਿਮਤਾ ਕਰਨਾ, ਇਹਨਾਂ ਨੂੰ ਅੱਗੋਂ ਵਾਸਤੇ ਉਹ ਜਿਹੜਾ ਮਾਂ ਦਾ ਵਿਛੋੜਾ ਉਹ ਝੱਲਣ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਰੱਥਾ ਬਖਸ਼ਣਾ ਤੇ ਗੁਰੂ ਮਹਾਰਾਜ ਮਿਹਰ ਕਰਨ ਰਹਿਮਤਾ ਕਰਨਾ, ਕਿਉਂਕਿ ਵਡਿਆਈ ਪਰਮਾਤਮਾ ਦੀ ਆ, ਸਤਿਗੁਰੂ ਨੇ ਕਿਰਪਾ ਕੀਤੀ ਰਹਿਮਤਾਂ ਕੀਤੀਆਂ, ਜੇ ਉਹਨਾਂ ਨੂੰ ਦੁੱਖ ਪਰਮਾਤਮਾ ਨੇ ਦਿੱਤਾ ਕੋਈ ਕਰਮਾਂ ਅਨੁਸਾਰ ਤੇ ਮੇਰੇ ਪਾਤਸ਼ਾਹ ਨੇ ਉਹਨਾਂ ਦੇ ਹਿਰਦੇ ਨੂੰ ਬੜਾ ਤਕੜਾ ਆਤਮਾ ਨੂੰ
ਬੜੀ ਸਤਿਗੁਰੂ ਨੇ ਕਿਰਪਾ ਕੀਤੀ, ਰਹਿਮਤਾਂ ਕੀਤੀਆਂ ਕਿ ਉਹਨਾਂ ਨੂੰ ਪ੍ਰਮਾਤਮਾ ਨੇ ਆਪਣਾ ਹੱਥ ਰੱਖ ਕੇ ਇਸ ਸੰਘਰਸ਼ ਦੇ ਵਿੱਚੋਂ ਜੋ ਸਤਿਗੁਰੂ ਨੇ ਕਿਰਪਾ ਕੀਤੀ, ਰਹਿਮਤਾਂ ਕੀਤੀਆਂ, ਤੇ ਜੋ ਅੱਜ ਆਪਾਂ ਅੰਤਿਮ ਅਰਦਾਸ ਕਰਨੀ ਆ ਸਾਰੀਆਂ ਸੰਗਤਾਂ ਦੇ ਹਿੱਸੇ ਤੋਂ ਕਿ ਗੁਰੂ ਮਹਾਰਾਜ ਪਿਛਲੇ ਉਗਣ ਬਖਸ਼ਿਆ ਪ੍ਰਭ ਅੱਗੇ ਮਾਰਗ ਪਾਏ। ਸਤਿਗੁਰੂ ਜੀ, ਅਸੀਂ ਕਲਯੁਗੀ ਜੀਵ ਹਾਂ, ਅਣਜਾਣ ਹਾਂ, ਬੇਸਮਝ ਹਾਂ, ਭੁੱਲੇ ਹਾਂ। ਸਾਡੇ ਕੋਲ ਸੰਸਾਰ ਯਾਤਰਾ ਕਰਦਿਆਂ ਸਤਿਗੁਰੂ ਏਕ ਨਹੀਂ ਅਨੇਕਾਂ ਹੀ ਗਲਤੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ, ਪਿਛਲੇ ਔਗਣ ਬਖਸ਼ਿਆ ਪ੍ਰਭ ਅੱਗੇ ਮਾਰਗ ਪਾਏ। ਸਤਿਗੁਰੂ ਗਰੀਬ ਨਾਥ ਚੰਦਾ ਜੀ, ਸਾਡੇ ਉਗਣਾਂ ਨੂੰ ਨਾ ਚਿਤਾਰਿਓ, ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿਓ। ਸਾਡਾ ਲੇਖਾ ਜੋਖਾ ਪ੍ਰਮਾਤਮਾ ਖੋਲਿਓ ਨਾ, ਅਸੀਂ ਲੇਖੇ ਦੇ ਕੇ ਤੇਰੀ ਦਰਗਾਹ ਚੋਂ ਕਦੇ ਨਹੀਂ ਛੁੱਟ ਸਕਦੇ। ਸਾਡੇ ਤੇ ਕਿਰਪਾ ਕਰਿਓ, ਤੇ ਮਾਤਾ ਜੀ ਨੂੰ ਪ੍ਰਮਾਤਮਾ ਸਾਰੀਆਂ ਸੰਗਤਾਂ ਵੱਲੋਂ ਸਤਿਗੁਰੂ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ ਮਹਾਰਾਜ, ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ, ਤੇ ਪਰਿਵਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਫਲ ਬਖਸ਼ਿਓ। ਇੰਨੀਆਂ ਬੇਨਤੀਆਂ ਕਰਦਾ ਮੈਂ ਸ਼ਿਵਾਂ ਦਾ ਜਾਤ ਕੋਨਾ, ਤੇ ਸਤਿਗੁਰਾਂ ਦੇ ਗਾੜੀ ਫਿਰ ਇਹੋ ਹੀ ਅਰਦਾਸ ਆ ਸਤਿਗੁਰੂ, ਸਿਰ ਤੇ ਮੇਰ ਦਾ ਹੱਥ ਧਰ ਕੇ ਪ੍ਰਮਾਤਮਾ ਆਪ ਕਿਰਪਾ ਕਰਕੇ ਆਪਣੇ ਬੱਚਿਆਂ ਬੱਚੀਆਂ ਨੂੰ ਸਤਿਗੁਰੂ ਦੀ ਪਾਲਣਾ ਪੋਸ਼ਣਾ ਕਰਨੀ, ਚੜ੍ਹਦੀ ਕਲਾ ਕਰਨੀ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੁੱਖ ਦੀ ਕੜੀ ਵਿੱਚ ਸਾਡੇ ਕੋਲ ਸਾਡੇ ਪਿੰਡਾਂ ਤੋਂ ਪਹੁੰਚੇ ਬਹੁਤ ਸਤਿਕਾਰਯੋਗ, ਪਹਿਲਾਂ ਸਭ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਗੁਰਭਜਨ ਸਿੰਘ ਜਥੇਦਾਰ ਨੇ ਅਕਾਲ ਤਖ਼ਤ ਜੀ ਵੀ ਇੱਥੋਂ ਹੋ ਕੇ ਗਏ ਆ। ਸਾਡੇ ਪਿੰਡਾਂ ਦੇ ਸਰਪੰਚ ਤੇਜਿੰਦਰ ਸਿੰਘ ਬੇਰੀਆਣਾ, ਬਲਦੇਵ ਸਿੰਘ ਰਾਏਪੁਰ, ਸੁਖਰਾਜ ਸਿੰਘ ਮੁਛਲ ਡਾਇਰੈਕਟਰ ਕੋਆਪਰੇਟਿਵ ਬੈਂਕ, ਸਰਦਾਰ ਅਜੀਤ ਸਿੰਘ ਰਮਾਣਾ ਚੱਕ, ਪਰਮਜੀਤ ਸਿੰਘ ਕੋੜਿਹਾਤ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ PA ਵਿਧਾਇਕ ਜਲਾਲ ਉਸਮਾ ਜੀ, ਹਰਮਿੰਦਰ ਸਿੰਘ ਪਿਓਟ ਹਿਆਤ, ਅੰਗਰੇਜ਼ ਸਿੰਘ ਡੇਰੀਵਾਰ, ਰਣਜੀਤ ਸਿੰਘ ਰਾਣਾ ਜੀ ਸੈਦਪੁਰ, ਅਮਰੀਕ ਸਿੰਘ ਯੋਧਾ ਨਗਰੀ, ਅਮਰਿੰਦਰ ਸਿੰਘ ਯੋਧਾ ਨਗਰੀ, ਪ੍ਰਭ ਯੋਧਾ ਨਗਰੀ, ਲਾਲੀ ਸਰਪੰਚ ਜੀ, ਸਾਬਕਾ ਸਰਪੰਚ ਰਜਿੰਦਰ ਸਿੰਘ ਧੂਲਕਾ, ਸਰਦਾਰ ਮਲਕੀਤ ਸਿੰਘ ਸਾਬਕਾ ਸਰਪੰਚ ਸਰਜਾ, ਬਲਵਿੰਦਰ ਸਿੰਘ ਸਰਪੰਚ ਸਰਜਾ, ਸਰਦਾਰ ਜਰਨੈਲ ਸਿੰਘ ਜੀ ਪ੍ਰਧਾਨ, ਜਰਮਨ ਜੀ ਸ਼ਜਰਵੱਡੀ, ਨਿਰਮਲ ਸਿੰਘ ਜੀ ਸਾਬਕਾ ਸਰਪੰਚ ਧੂਲਕਾ। ਆਪਣੇ ਵਿੱਚ ਵੱਡੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਨੇ, ਸਰਦਾਰ ਬਲਜੀਤ ਸਿੰਘ ਜੀ ਜਲਾਲ ਉਸਮਾ ਜਿਹੜੇ ਆਪਣੇ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਨੇ ਉਹ ਵੀ ਆਪਣੇ ਵਿੱਚ ਸ਼ਾਮਿਲ ਆ। ਆਪਣੇ ਵਿੱਚ ਸਰਦਾਰ ਬਿਕਰਮਜੀਤ ਸਿੰਘ ਜੀ ਕੋਟਲਾ, ਸ਼੍ਰੋਮਣੀ ਕਮੇਟੀ ਦੇ ਡਾਕਟਰ ਦਲਬੀਰ ਸਿੰਘ ਵੇਰਕਾ, ਸਰਦਾਰ ਕੁਲਦੀਪ ਸਿੰਘ ਢਿੱਲੋਵਾਲ, ਸਰਦਾਰ ਮੱਖਣ ਸਿੰਘ ਜੀ ਲਾਟ ਮਜੀਠਾ ਤੋਂ ਉਹ ਵੀ ਇੱਥੇ ਪਹੁੰਚੇ ਨੇ, ਸਰਦਾਰ ਅਜੇਪਾਲ ਸਿੰਘ ਜੀ ਮੀਰਾਕੋਟ, ਚੇਅਰਮੈਨ ਪੰਸਦ ਪੰਜਾਬ ਪ੍ਰੈਸ ਤੋਂ ਰਣਜੀਤ ਸਿੰਘ ਜੋਸ਼ਨ ਜੀ, ਆਪ ਪਾਰਟੀ ਤੋਂ ਸਰਦਾਰ ਸਰਬਜੀਤ ਸਿੰਘ ਡਿੰਪੀ, ਕੁਲਵੰਤ ਸਿੰਘ ਸੰਗੋਰਾਵਾਂ, ਜਗਦੀਪ ਸਿੰਘ ਬਿੱਟੂ, ਬੁੱਧ ਸਿੰਘ ਰਾਣਾ ਕਲਾ, ਮਾਸਟਰ ਰਣਬੀਰ ਸਿੰਘ ਡੇਰੀਵਾਲ, ਸੁਖਦੇਵ ਸਿੰਘ ਜੀ, ਸਰਦਾਰ ਜਗਜੀਤ ਸਿੰਘ ਅੰਮ੍ਰਿਤਸਰ ਤੋਂ, ਸਰਦਾਰ ਦਰਮੀਤ ਸਿੰਘ ਚੇਅਰਮੈਨ ਜੀ, ਅਸੀਂ ਇਹਨਾਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਇਸ ਦੁੱਖ ਦੀ ਕੜੀ ਵਿੱਚ ਸ਼ਾਮਿਲ ਹੋਏ। ਹੁਣ ਆਪਣੇ ਵਿੱਚ ਬੈਠੇ ਵਿਧਾਇਕ ਜਲਾਲ ਉਸਮਾ ਜੀ ਰੂਬਰੂ ਹੋਣਗੇ, MLA ਸਾਬਕਾ MLA ਸਾਡੇ ਰਹਿ ਚੁੱਕੇ ਆ, ਉਹ 2 ਮਿੰਟ ਲਈ। ਦਸ਼ਮ ਪਾਤਸ਼ਾਹ ਦੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੋਦ ਵਿੱਚ ਅੱਜ ਬੜੀ ਹੀ ਦੁੱਖ ਦੀ ਕੜੀ ਦੇ ਵਿੱਚ ਇਕੱਤਰ ਹੋਈ ਸੋ ਸਾਧ ਸੰਗਤ,
ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਜਿੱਥੇ ਸਟੇਜ ਸੈਕਟਰੀ ਸਾਹਿਬ ਨੇ ਇਸ ਮਾਤਾ ਜੀ ਦੇ ਜੀਵਨੀ ਬਾਰੇ ਚਾਨਣਾ ਪਾਇਆ, ਉਹਨਾਂ ਦੀ ਅੰਤਿਮ ਅਰਦਾਸ ਤੱਕ ਇੱਕ ਇੱਕ ਗੱਲ ਉਹਨਾਂ ਨੇ ਦੱਸੀ ਕਿ ਸਭ ਤੋਂ ਵੱਡਾ ਦੁੱਖ ਸਾਡੇ ਵੱਡੇ ਵੀਰ ਨੂੰ, ਵੀਰ ਪ੍ਰਭੂ ਜੀ ਉਹਨਾਂ ਦੀਆਂ ਭੈਣਾਂ ਨੂੰ, ਜਦੋਂ ਕਿ ਮਾਂ ਕਿਸੇ ਦੀ ਵਿਛੜ ਜਾਂਦੀ ਹੈ ਚਾਹੇ ਪਿਤਾ ਚਲਦੇ ਮਾਂ ਚਲਦੇ, ਸਭ ਤੋਂ ਵੱਡਾ ਦੁੱਖ ਮਾਂ ਜਾਣ ਦਾ ਹੁੰਦਾ ਹੈ। ਮੈਂ ਸੰਸਕਾਰ ਵਾਲੇ ਦਿਨ ਵੀ ਮੈਨੂੰ ਆਉਣ ਦਾ ਸਮਾਂ ਮਿਲਿਆ, ਔਰ ਵੀਰ ਪ੍ਰਭੂ ਜੀ ਨੇ ਕਿਹਾ ਕਿ ਸਾਡੇ ਬਾਪ ਨੂੰ ਗਿਆ ਨੂੰ ਬੜਾ ਚਿਰ ਹੋ ਗਿਆ, ਅਸੀਂ ਛੋਟੇ ਛੋਟੇ ਸੀ, ਅੱਜ ਮਹਿਸੂਸ ਹੋਇਆ ਹੈ। ਲੇਕਿਨ ਸਾਡੀ ਮਾਤਾ ਨੇ ਕਦੀ ਮਹਿਸੂਸ ਨਹੀਂ ਸੀ ਹੋਣ ਦਿੱਤਾ ਹੈ ਕਿ ਤੁਹਾਡਾ ਪਿਤਾ ਸਿੱਧੇ ਨਹੀਂ ਹੈਗਾ, ਛੋਟੇ ਹੁੰਦਿਆਂ ਹੀ ਪਿਤਾ ਦੇ ਚਲੇ ਜਾਣਾ। ਉਹ ਮਾਂ ਦਾ ਵੱਡਾ ਜਿਗਰਾ, ਉਸ ਮਾਂ ਦਾ ਜਿਸ ਮਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਾਇਆ ਵੀ, ਪਾਲਿਆ ਵੀ, ਔਰ ਆਪਣੀ ਖੇਤੀਬਾੜੀ ਦਾ ਕੰਮ ਵੀ ਆਪ ਕੀਤਾ ਹੈ। ਮੈਨੂੰ ਦੱਸ ਦਿਓ ਕਿ ਵੀਲ ਚੇਅਰ ਅਸੀਂ ਬਾਹਰ, ਉਹਨਾਂ ਨੇ ਕਹਿਣਾ ਬਾਹਰ ਕਰ ਦਿਓ, ਅਸੀਂ ਵੀਲ ਚੇਅਰ ਬਾਹਰ ਕਰ ਦਿੱਤੀ, ਸਾਰਾ ਕੰਮ ਕਾਰ ਆ ਖੇਤੀਬਾੜੀ ਦਾ ਆਪ ਦੇਖਣਾ। ਤੇ ਵੀਰ ਪ੍ਰਭੂ ਜੀ ਇਹ ਵੀ ਕਹਿ ਰਹੇ ਕਿ ਮੈਨੂੰ ਕੋਈ ਇਹ ਨਹੀਂ ਸੀ ਫਿਕਰ ਹੁੰਦਾ ਕਿ ਮੈਂ ਰਾਤ 10 ਵਜੇ ਆ ਜਾ, 11 ਵਜੇ ਆ ਜਾ, ਪਾਰਟੀ ਦਾ ਕੰਮ ਕਰ ਲਾ ਤਾਂ ਕਿਸੇ ਦੇ ਆਪਣੇ ਰਿਸ਼ਤੇਦਾਰਾਂ ਦੇ ਚੱਲ ਜਾਵਾਂ, ਕੋਈ ਫਿਕਰ ਨਹੀਂ ਸੀ ਹੁੰਦਾ। ਅੱਜ ਜ਼ੋਰ ਮਹਿਸੂਸ ਹੋਇਆ ਕਿ ਮੈਂ ਇਕੱਲਾ ਰਹਿ ਗਿਆ, ਕੀਤਾ ਕੁਛ ਨਹੀਂ ਜਾ ਸਕਦਾ, ਉਸ ਪਰਮੇਸ਼ਰ ਦਾ ਹੁਕਮ ਹੈ, ਹੁਕਮੇ ਅੰਦਰ ਸਭ ਕੋਈ, ਬਾਹਰ ਹੁਕਮ ਨਾ ਕੋਈ, ਉਸ ਹੁਕਮ ਦੇ ਅਨੁਸਾਰ ਹੀ ਅਸੀਂ ਇਸ ਸੰਸਾਰ ਤੇ ਆਉਣੇ ਹਾਂ ਅਤੇ ਉਸ ਹੁਕਮ ਦੇ ਅਨੁਸਾਰ ਹੀ ਆਪਾਂ ਨੂੰ ਜਾਣਾ ਪੈਣਾ ਹੈ। ਮਨ ਲਿਖਾਏ ਮੰਡਲ ਮੇ ਆਏ, ਜੋ ਆਇਆ ਸੋ ਚਲ ਸੀ, ਸਭ ਕੋ ਆਈ ਵਾਰ, ਸਭਨਾ ਸੋਰੀ ਮੰਜਲਾ ਸਭ ਮੁਕਲਾਵਣ ਹਾਰ। ਜਿਸ ਵੀ ਜਿਵੇਂ ਧੀ ਦਾ ਵਿਆਹ ਆਨੰਦ ਕਾਰਜ ਹੁੰਦਾ ਹੈ, ਪਿਤਾ ਪੇਕਿਆਂ ਤੋਂ ਸਹੁਰੇ ਪਹੁੰਚਾ ਦਿੰਦਾ, ਉਹਦਾ ਆਨੰਦ ਕਾਰਜ ਕਰਦਾ ਹੈ, ਇਸੇ ਤਰ੍ਹਾਂ ਅਸੀਂ ਸਾਰੇ ਇਸਤਰੀਆਂ ਇਸ ਸੰਸਾਰ ਦੀਆਂ, ਉਸ ਪਰਮੇਸ਼ਰ ਦੀਆਂ, ਅਸੀਂ ਇੱਕ ਨਾ ਇੱਕ ਦਿਨ ਉਹ ਸਹੁਰੇ ਘਰ ਜਿਹੜਾ ਉਹ ਸਾਰਿਆਂ ਦੇ ਚਲੇ ਜਾਣਾ ਜਿਵੇਂ ਮਾਤਾ ਜੀ ਗਏ ਨੇ। ਪਰ ਉਸ ਬਾਨੀ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਜੋ ਸੰਸਾਰ ਤੌਰ ਤੇ ਵਿਚਰ ਕੇ ਚੰਗੇ ਕੰਮ ਕਰਦੇ ਹੋਏ ਨੇ, ਇੱਕ ਇੱਕ ਗੱਲਾਂ ਯਾਦ ਆਉਂਦੀਆਂ ਉਹਨਾਂ ਦੇ ਅੰਤਿਮ ਸੰਸਕਾਰ ਤੇ। ਔਰ ਅੰਤਿਮ ਅਰਦਾਸ ਵਿੱਚ ਜਿੰਨੇ ਵੀ ਸਿੰਘ ਦਾ ਆਏ ਹੁੰਦੇ, ਸਿੰਘਣੀਆਂ ਆਈਆਂ ਹੁੰਦੀਆਂ, ਇੱਕ ਇੱਕ ਗੱਲ ਕਰਦੀਆਂ ਕਿ ਅਸੀਂ ਸੰਸਾਰ ਤੇ ਰਹਿ ਕੇ ਚੰਗੇ ਕੰਮ ਕੀਤੇ ਤੇ ਪਰਮੇਸ਼ਰ ਅੱਗੇ ਅਰਦਾਸ ਕਰਦੇ ਕਿ ਇਹਨੂੰ ਆਪਣੇ ਸਵਰਗਾਂ ਵਿੱਚ ਰੱਖੇ। ਅੱਜ ਸਾਰੇ ਅਰਦਾਸ ਬੇਨਤੀ ਕਰਨ ਆਏ ਆ, ਕਿਸੇ ਨੇ ਉਠਾ ਨਹੀਂ ਲੈਣਾ, ਅਰਦਾਸ ਕਰਨੀ ਹੈ ਸਾਰਿਆਂ ਨੇ ਜਨ ਬਣ ਕੇ ਕਿ ਸੰਗਤ ਦੇ ਰੂਪ ਦੇ ਵਿੱਚ ਜਿੱਥੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਉਸ ਮਾਤਾ ਜੀ ਨੂੰ, ਜਿਸ ਮਾਤਾ ਜੀ ਨੇ ਬਹੁਤ ਵੱਡਾ ਪਰਿਵਾਰ ਪਾਲਿਆ, ਆਪਣੇ ਸਿਰ ਦੇ ਸਾਈਂ ਤੋਂ ਜਾਣ ਤੋਂ ਬਾਅਦ ਆਪਣੇ ਉਸ ਸਾਈਂ ਦੇ ਪਾਸ ਚਲੇ ਗਏ, ਸਤਿਗੁਰ ਕਿਰਪਾ ਕਰੇ ਉਹਨਾਂ ਨੂੰ ਗੁਰੂ ਚਰਨਾਂ ਚ ਨਿਵਾਸ ਬਖਸ਼ਿਸ਼ ਕਰੇ, ਪਿੱਛੋਂ ਇਸ ਪਰਿਵਾਰ ਨੂੰ ਵੀਰ ਪ੍ਰਭੂ ਜੀ ਨੂੰ ਉਹਦੀਆਂ ਪੈਰਾਂ ਨੂੰ ਜੋ ਦੁੱਖ ਲੱਗਾ ਉਸ ਪਰਿਵਾਰ ਨੂੰ ਲੱਗਾ, ਉਹਨੂੰ ਚੜ੍ਹਨ ਦਾ ਮਨ ਬਖਸ਼ਿਸ਼ ਕਰੇ। ਇੰਨੀਆਂ ਬੇਨਤੀਆਂ ਨੂੰ ਰੱਖੇ ਮੈਂ ਜਾਚਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਯਾਰ ਹਲਕਾ ਜੰਡਿਆਲੇ ਗੁਰੂ ਤੋਂ, ਉਹ ਵੀ ਪਹੁੰਚੇ ਆ। ਉਹਨਾਂ ਦੇ ਨਾਲ ਸਰਦਾਰ ਜਗਜੀਤ ਸਿੰਘ ਗੁੱਗ, ਸਿਆਸੀ ਸਕੱਤਰ ਲਾਲੀ ਮਜੀਠੀਆ,
ਉਹ ਵੀ ਇੱਥੇ ਪਹੁੰਚੇ ਨੇ। ਸੋ ਉਹਨਾਂ ਦਾ ਵੀ ਅਸੀਂ ਜੀਆਂ ਕਹਿੰਦੇ ਹਾਂ। ਹੁਣ ਸਰਦਾਰ ਅਜੇਪਾਲ ਸਿੰਘ ਜੀ ਮੀਰਾਕੋਟ ਉਹ ਜਿਹੜੇ ਆ ਤੁਹਾਡੇ ਰੂਬਰੂ ਹੋਣਗੇ। ਜੁਗੋ ਜੁਗਾ ਟਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਬੋਲ ਦਾ ਨਿਗਮਾਨ ਮਹਾਂ ਸਵਾਰੀ ਸਾਹਿਬ ਸਿੰਘ ਜੀ ਲਓ ਔਰ ਰਸਨਾ ਪੁੱਤਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੀਬੀ ਰਤਨ ਕੌਰ ਜੀ ਦੇ ਅੰਤਮ ਅਰਦਾਸ ਵਿੱਚ ਆਪਾਂ ਸ਼ਾਮਿਲ ਹੋਏ ਹਾਂ ਔਰ ਸੰਤ ਯੁਗ ਵਿੱਚ ਆਪਾਂ ਅਰਦਾਸ ਕੀਤੀ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਨੂੰ ਵਾਸ ਬਖਸ਼ੋ। ਢੰਗ ਦੇ ਨਾਲ ਮਾਤਾ ਜੀ ਦੇ ਸੰਕੇਤ ਜੀਵਨੀ ਤੋਂ ਜਾਣੂ ਕਰਾਇਆ ਔਰ ਬੜਾ ਸੰਘਰਸ਼ਮਈ ਜੀਵਨ ਉਹ 90 ਦਾ ਦਾਕਾ ਜਦੋਂ ਪੰਜਾਬ 'ਚ ਕਾਲੀਆਂ ਨਹੀਂ ਰਹੀਆਂ ਸੀ ਉਹਦੀ ਭੇਟ ਚੜ੍ਹ ਗਏ ਸਰਦਾਰ ਅਜੀਤ ਸਿੰਘ ਜੀ। ਬੜਾ ਔਖਾ ਹੁੰਦਾ ਘਰ ਤੋਂ ਆਗੂ ਚੱਲ ਜਾਏ ਘਰ ਦਾ ਸਿਆਣਾ ਬੰਦਾ ਚੱਲ ਜਾਏ ਬੱਚੇ ਛੋਟੇ ਹੋਣ ਅਤੇ ਪਰਿਵਾਰ ਨੂੰ ਸੇਧ ਨਹੀਂ ਬੜੀ ਔਖੀ ਪਰ ਧੰਨ ਹੈ ਬੀਬੀ ਰਤਨ ਕੌਰ ਜਿਹਨੇ ਉਸ ਸਮੇਂ ਦਾ ਉਸ ਭਿਆਨਕ ਸਮਾਂ ਸੀ ਪੰਜਾਬ ਵਾਸਤੇ ਕਾਲੀਆਂ ਨਹੀਂ ਰਹੀਆਂ ਸੀ ਉਹਦੀ ਭੇਟ ਚੜ੍ਹਿਆ ਰਾਜੀਤ ਸਿੰਘ ਉਹਨਾਂ ਨੂੰ ਸ਼ਰਧਾ ਸਤਿਕਾਰ। ਪਰ ਬੀਬੀ ਜੀ ਨੇ ਆਪਣੇ ਚਾਰ ਧੀਆਂ ਪੁੱਤਰ ਜਿਹਨਾਂ ਨੂੰ ਬੜੀ ਨਰੋਈ ਅਗਵਾਈ ਦਿੱਤੀ ਔਰ ਸਮੇਂ ਦੇ ਹਾਣੀ ਬਣਾਇਆ ਕਿਉਂਕਿ ਮੇਰਾ ਸਰਜਾ ਪਰਿਵਾਰ ਦੇ ਨਾਲ ਬੜਾ ਸਨੇਹ ਤਾਂ ਗੁਰਚਰਨ ਸਿੰਘ ਜੀ ਸਰ ਉਹਨਾਂ ਨੇ ਦੂਜੇ ਸਾਰੇ ਭਰਾ ਤਾ ਮੇਰੇ ਅਜੀਤ ਮਲਕੀਤ ਹੋਣੀ ਪ੍ਰਭ ਹੋਣੀ ਔਰ ਮੈਨੂੰ ਯਾਦ ਆ 2 ਸਾਲ ਪਹਿਲਾਂ ਇੱਥੇ ਅਸੀਂ ਇੱਥੇ ਆਟਾ ਦਾਲ ਸਕੀਮ ਪੰਜਾਬ ਸਰਕਾਰ ਵੱਲੋਂ ਚਾਲੂ ਸੀ ਉਸ ਵੇਲੇ ਆਏ ਸੀ ਅਤੇ ਮਾਤਾ ਜੀ ਨੂੰ ਮਿਲਿਆ ਉਦੋਂ ਕਿਉਂਕਿ ਉਹ ਵੀਰ ਜੇ ਤੇ ਸੀ ਅਤੇ ਚਿਹਰੇ ਤੋਂ ਅਸੀਂ ਲੱਗਦਾ ਨਹੀਂ ਸੀ ਵੀ ਇਹ ਇੰਨੇ ਨਵੇਂ ਸਮੇਂ ਤੋਂ ਇੱਦਾਂ ਬਿਮਾਰ ਹੋਣਗੇ ਔਰ ਬੜਾ ਵੱਡਾ ਉਹਨਾਂ ਸੰਘਰਸ਼ ਕੀਤਾ ਬਿਮਾਰੀ ਨਾਲ ਜੂਝੇ। ਪਰ ਜਿੱਥੇ ਮੈਂ ਮਾਤਾ ਜੀ ਦਾ ਮੈਂ ਦੇਖਿਆ ਉਹਨਾਂ ਦਾ ਆਪਣਾ ਸੁਭਾਅ ਉਹਨਾਂ ਦਾ ਸਿੱਧਕ ਉੱਥੇ ਪ੍ਰਭਜੋਤ ਔਰ ਇਹਦੀ ਪਤਨੀ ਦੀ ਸਵਾਗਤ ਕਰਨੀ ਪੈਂਦੀ। ਅੱਜ ਦੇ ਯੁੱਗ ਵਿੱਚ ਬੜਾ ਹੋਰ ਤਰ੍ਹਾਂ ਦਾ ਯੁੱਗ ਹੈ। ਆਪਾਂ ਗੁਰੂ ਨਾਨਕ ਦੇ ਵਾਰਸ ਹਾਂ। ਗੁਰੂ ਨਾਨਕ ਨੇ ਆਪਾਂ ਨੂੰ ਸੇਵਾ ਸਿਮਰਨ ਦਿੱਤਾ ਪਰ ਪੰਜਾਬ ਦੇ ਵਿੱਚ ਜਦੋਂ ਆਪਾਂ ਸੁਣਦੇ ਹਾਂ ਬਿਰਧ ਆਸ਼ਰਮ ਬਣਾਈ ਜਾ ਰਿਹਾ ਪਰ ਬੜਾ ਦੁੱਖ ਹੁੰਦਾ। ਅਸੀਂ ਦੂਜਿਆਂ ਦੀ ਸੇਵਾ ਕਰਨ ਵਾਲੀ ਕੌਮ ਪਰ ਸਾਨੂੰ ਭਾਈ ਘਨੱਈਏ ਨੇ ਆਪ ਸੇਵਾ ਕਰਕੇ ਦੱਸਿਆ ਪਰ ਪੰਜਾਬ ਦੇ ਵਿੱਚ ਸਿੱਖ ਪਰਿਵਾਰਾਂ 'ਚ ਇਹ ਹੋਵੇ ਬੜਾ ਦੁੱਖ ਆ ਔਰ ਪ੍ਰਭਜੋਤ ਉਹਨਾਂ ਦੇ ਪਰਿਵਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਪਰ ਆਪਣੇ ਬਜ਼ੁਰਗਾਂ ਨੂੰ ਭਾਵੇਂ ਬਿਮਾਰ ਹੋਣ ਭਾਵੇਂ ਕੁਛ ਹੋਣ ਜੋ ਸੇਵਾ ਪ੍ਰਭਜੋਤ ਦੇ ਨੇ ਜਾਂ ਇਹਦੀਆਂ ਇਹਨਾਂ ਦੀਆਂ ਭੈਣਾਂ ਨੇ ਜਾਂ ਇਹਨਾਂ ਦੀ ਮਿਸਰੀ ਨੇ ਉਹ ਬੜੀ ਵਿਲੱਖਣ
17 ਸਾਲ ਜੀਵਨ ਦੇ ਬੈੱਡ ਤੇ ਹੋਣਾ, ਉਹਨਾਂ ਨੂੰ ਪੂਰੇ ਸਹੀ ਟਾਈਮ ਸਿਰ ਉਹਨਾਂ ਨੂੰ ਤਿਆਰ ਕਰਨਾ, ਉਹਨਾਂ ਨੂੰ ਉਹਨਾਂ ਦੇ ਭਾਵੇਂ ਦਿਮਾਗੀ ਤੌਰ ਤੇ ਪੂਰੇ ਉਹ ਠੀਕ ਸੀ ਪਰ ਸਰੀਰਕ ਤੌਰ ਤੇ ਬੜੀ ਮੁਸ਼ਕਲ ਹੁੰਦੀ ਹੈ। ਸੋ ਮੈਂ ਮਾਤਾ ਜੀ ਦੇ ਵਿਛੋੜੇ ਦਾ ਬਹੁਤ ਵੱਡਾ ਇਸ ਪਰਿਵਾਰ ਨੂੰ, ਕਿਉਂਕਿ ਜਿਵੇਂ ਦੱਸਿਆ ਮੇਰੇ ਤੋਂ ਬੁਲਾਰਿਆਂ ਨੇ ਬੜੀ ਕਈ ਕੁਛ ਦੱਸਿਆ, ਮਾਂ ਦਾ ਬੜਾ ਵੱਡਾ ਰੁਤਬਾ ਹੈ, ਬਹੁਤ ਵੱਡਾ। ਮਾਂ ਦਾ ਪੁੱਤ ਰਿਸ਼ਤਾ ਅੱਜ ਮੇਰਾ ਵੀਰ ਬ੍ਰਹਮਜੋਤ, ਇਹਨਾਂ ਦੀਆਂ ਭੈਣਾਂ, ਜਿਨ੍ਹਾਂ ਦੀਆਂ ਚਾਚੀਆਂ ਤਾਈਆਂ, ਜਿਵੇਂ ਸਾਰੇ ਮਿਲ ਗੀਤ ਹੋਣੀ ਬੈਠੇ ਆ, ਇਹ ਸਾਰਾ ਬੜਾ ਔਖਾ ਸਮਾਂ ਸੀ। ਸੋ ਮੈਂ ਇੱਥੇ ਸੰਗਤੀ ਰੂਪ 'ਚ ਅਰਦਾਸ ਕੀਤੀ ਹੈ, ਉੱਥੇ ਮੈਂ ਵਿਅਕਤੀ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਸਾਡੇ ਮੇਰੇ ਵੀਰ ਆਇਆ, ਤਾਂ ਅਮਰਜੀਤ ਸਿੰਘ ਹੁਣੇ ਵੀ ਆਇਆ, ਬਲਜੀਤ ਜੀ ਉੱਥੋਂ ਗੁਰ ਕੇ ਗਿਆ, ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਕੋਟਲਾ ਜੀ, ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸ਼ਰਧਾ ਦੇ ਸਤਿਕਾਰ ਭੇਟ ਕਰਦਾ ਔਰ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਜੋ ਮਾਤਾ ਜੀ ਨੇ ਸੰਕਲਪ ਕੀਤਾ ਸੀ, ਇਹਨਾਂ ਦੇ ਬੱਚੇ, ਇਹਨਾਂ ਦੇ ਪੋਤਰੇ, ਇਹਨਾਂ ਦੀਆਂ ਦੋਤਰੇ, ਸਮੁੱਚਾ ਪਰਿਵਾਰ ਜੋ ਸੰਕਲਪ ਸੀ ਪੂਰਾ ਕਰ ਸਕਣ। ਔਰ ਜਿਵੇਂ ਇਸ ਪਿੰਡ ਦੀ ਇਹ ਸਰਪੰਚੀ ਭਾਵੇਂ ਮਲਕੀਤ ਹੋਵੇ ਭਾਵੇਂ ਬ੍ਰਹਮਜੋਤ ਹੋਵੇ, ਇਹ ਸਾਰੇ ਮਿਊਚਲ ਮੈਚ ਖੇਡਦੇ ਆ, ਸੋ ਇਸੇ ਤਰ੍ਹਾਂ ਇਹਨਾਂ ਦਾ ਪਿਆਰ ਬਣਿਆ ਰਹੇ, ਜਵਾਨ ਦਾ ਇੱਦਾਂ ਹੀ ਚੱਲਦੇ ਰਹਿਣ। ਸੋ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਵਿੱਚ ਸਰਦਾਰ ਮਲਕੀਤ ਸਿੰਘ ਜੀ ਯਾਰ ਜਿਹੜੇ ਸਾਡੇ ਜਡਿਆਲੇ ਹਲਕੇ ਤੋਂ ਨੁਮਾਇੰਦਗੀ ਕਰ ਚੁੱਕੇ ਆ, ਉਹ ਵੀ ਬੈਠੇ ਆ, ਪਰ ਉਹਨਾਂ ਤੋਂ ਪਹਿਲਾਂ ਮੈਂ ਸਰਦਾਰ ਸਰਬਜੀਤ ਸਿੰਘ ਜੀ ਭੁੱਲਰ, ਜੋ ਸਾਡੇ ਰਿਸ਼ਤੇਦਾਰ ਵੀ ਨੇ, ਸਾਡੇ ਕੁਟਮ ਸਾਹਿਬ ਆ, ਉਹਨਾਂ ਨੇ ਵੀ ਬੇਨਤੀ ਕੀਤੀ ਆ ਕਿ 2 ਮਿੰਟ ਲਈ ਉਹ ਜਿਹੜੇ ਆ ਕੁਛ ਕਹਿਣਾ ਚਾਹੁੰਦੇ ਆ। ਇਹਨਾਂ ਤੋਂ ਬਾਅਦ ਸਰਦਾਰ ਮਲਕੀਤ ਸਿੰਘ AR ਤੇ ਇੱਕ ਬੁਲਾਰਾ ਹੋ ਰਿਹਾ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅਸੀਂ ਮਾਤਾ ਰਤਨ ਕੌਰ ਜੀ ਦੇ ਸੋਗਮਈ ਸਮਾਗਮ ਦੇ ਸੰਬੰਧ ਵਿੱਚ ਇਕੱਤਰ ਹੋਏ ਹਾਂ, ਕਿਉਂਕਿ ਅੱਜ ਇੱਕ ਮਾਂ ਦਾ ਸੋਗ ਦਾ ਸਮਾਗਮ ਹੈ। ਔਰ ਅਸੀਂ ਜੇ ਇਤਿਹਾਸ ਵੇਖੀਏ ਜਾਂ ਪ੍ਰੈਕਟੀਕਲ ਵੇਖੀਏ ਤੇ ਮਾਂ ਤੋਂ ਉੱਤੇ ਕੋਈ ਰੁਤਬਾ ਨਹੀਂ। ਜੋ ਬੱਚੇ ਨੂੰ ਆਪਣੀ ਮਾਂ ਦੀ ਗੋਦ ਦਾ ਨਿੱਘ ਮਿਲਣਾ, ਉਹ ਸੰਸਾਰ ਕਿਸੇ ਵੀ ਥਾਂ ਤੋਂ ਉਹ ਨਿੱਘ ਨਹੀਂ ਮਿਲਣਾ। ਔਰ ਜੋ ਮਨੁੱਖ ਆਪਣੀ ਮਾਂ ਦਾ ਸਤਿਕਾਰ ਕਰਦਾ ਹੈ ਉਹ ਕਿਸੇ ਦਾ ਵੀ ਨਹੀਂ ਕਰਦਾ। ਬੈਠਿਆਂ ਬੈਠਿਆਂ ਮੇਰੇ ਮਨ 'ਚ ਧਿਆਨ ਆਇਆ ਕਿ ਗੁਰੂ ਕਲਗੀ ਵਾਲੇ ਦਸ਼ਮੇਸ਼ ਪਿਤਾ ਨੂੰ ਜਿਸ ਵੇਲੇ ਉਹ ਸਮੇਂ ਦੀ ਹਕੂਮਤ ਦੇ ਉਹਨਾਂ ਲੋਕਾਂ ਨੇ ਕਿਲ੍ਹਾ ਖਾਲੀ ਕਰਨ ਲਈ ਆਖਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਉਹ ਕਿਲ੍ਹਾ ਖਾਲੀ ਕਰਨ ਲਈ ਰਾਜ਼ੀ ਨਹੀਂ ਸੀ ਤੇ ਅਖੀਰ ਉਹਨਾਂ ਨੇ ਆਪਣੀ ਮਾਤਾ ਦੇ ਕਹਿਣ ਦੇ ਉੱਤੇ ਉਹ ਕਿਲ੍ਹਾ ਖਾਲੀ ਕੀਤਾ। ਸੋ ਕਹਿਣ ਦਾ ਭਾਵ ਹੈ ਕਿ ਜੋ ਸੇਧ, ਜੋ ਗਿਆਨ, ਜੋ ਸਤਿਕਾਰ ਸਾਨੂੰ ਮਾਂ ਦੇ ਰੁਤਬੇ ਤੋਂ ਮਿਲਣਾ ਹੈ ਉਹ ਕਿਤੋਂ ਨਹੀਂ ਮਿਲਣਾ। ਦੂਸਰੀ ਗੱਲ ਸਰਜਾ ਪਰਿਵਾਰ ਦੀ ਹੈ ਕਿ ਸਰਜਾ ਪਰਿਵਾਰ ਇੱਕ ਨੇਕ ਪਰਿਵਾਰ ਆ, ਸੰਘਰਸ਼
ਸ਼ੀਲ ਪਰਿਵਾਰ ਆ, ਸੱਚਾ ਸੁੱਚਾ ਪਰਿਵਾਰ ਆ। ਲੋਕ ਘੋਲਾਂ ਦੇ ਵਿੱਚੋਂ ਨਿਤਰਿਆ, ਬੇਦਾਗ ਆ, ਔਰ ਸਿਆਸੀ ਜੀਵਨ ਦੇ ਵਿੱਚ ਸਭ ਤੋਂ ਉੱਤੇ ਸਰੋਤਮ ਇਹ ਹੁੰਦਾ ਹੈ। ਕੋਈ ਕਿੱਡੇ ਵੱਡੇ ਅਹੁਦੇ 'ਤੇ ਰਿਹਾ, ਕੋਈ MLA ਰਿਹਾ, ਕੋਈ ਮਿਨਿਸਟਰ ਰਿਹਾ, ਕੋਈ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਬਣ ਗਿਆ, ਕਿੰਨੀਆਂ ਵੱਡੀਆਂ ਗੱਡੀਆਂ ਦਾ ਮਾਲਕ ਬਣ ਗਿਆ, ਨਥਿੰਗ ਟੂ ਐਲਸੇ, ਕੋਈ ਬਾਦਰ ਨਹੀਂ ਕਰਦਾ। ਸਵਾਲ ਇਹ ਆ ਕਿ ਉਹਨੇ ਆਪਣੀ ਸੰਘਰਸ਼ ਜੀਵਨ ਦੇ ਵਿੱਚ ਬੇਦਾਗ ਜੀਵਨ ਜੀਵਿਆ। ਸੋ ਮੈਂ ਇਸ ਪਰਿਵਾਰ ਦਾ ਬਹੁਤ ਸਤਿਕਾਰ ਕਰਦਾ ਜੋ ਮੇਰੀ ਦਾ ਨਾਮ ਗੁਰਮਾਚਾਰੀ ਹੈ। ਅੱਗੇ ਜੋ ਮਾਤਾ ਜੀ ਦਾ ਇੱਥੇ ਸੰਸਕਾਰ ਹੋਇਆ ਪੈਣੀ ਦੇ ਵਿੱਚ, ਇਹ ਬੜੀ ਇੱਕ ਸਿਧਾਂਤਕ ਗੱਲ ਆ। ਜਦੋਂ ਅਸੀਂ ਸਿਧਾਂਤਕ ਬਣਦੇ ਹਾਂ ਤਾਂ ਅਸੀਂ ਅਮੀਰ ਵਿਰਸੇ ਦੇ ਮਾਲਕ ਬਣਦੇ ਹਾਂ। ਔਰ ਜੋ ਸੰਸਕਾਰ ਕੀਤਾ, ਅਗਲੀ ਗੱਲ ਮੈਂ ਪ੍ਰਭ ਜੀ ਨੂੰ ਇੱਕ ਗੱਲ ਕਹਿੰਦਾ ਕਿ ਤੁਸੀਂ ਇਸ ਜਿੱਥੇ ਸੰਸਕਾਰ ਕੀਤਾ ਮਾਤਾ ਦਾ, ਉੱਥੇ ਇੱਕ ਰੁੱਖ ਜ਼ਰੂਰ ਲਾਉਣਾ, ਉਹ ਇੱਕ ਉਹਨਾਂ ਦੀ ਯਾਦ ਕਾਇਮ ਰਹੂਗੀ, ਦੂਸਰਾ ਪੋਲਿਊਸ਼ਨ ਵਾਸਤੇ ਵੀ ਬਹੁਤ ਜ਼ਰੂਰੀ ਆ। ਹੁਣ ਤਾਂ ਏਡੀ ਅਗਿਆਨਤਾ ਦੀ ਹਨੇਰੀ ਝੁੱਲ ਗਈ ਆ ਕਿ ਮਨੁੱਖਾਂ ਵਿੱਚ ਪੋਲਿਊਸ਼ਨ ਆ ਗਿਆ। ਤੁਸੀਂ ਕਿਸੇ ਨਾਲ ਅੱਧਾ ਘੰਟਾ ਗੱਲ ਕਰੋ ਅਤੇ ਮਨੁੱਖ ਪੋਲਿਊਸ਼ਨ ਛੱਡਦਾ। ਸੋ ਗਿਆਨ ਦੀ ਲੋੜ ਹੈ। ਦੂਸਰੀ ਮੈਂ ਗੱਲ ਇੱਕ ਹੋਰ ਕਹਾਂਗਾ ਆਪਣੇ ਵੀਰ ਨੂੰ ਕਿ ਗੁਰੂ ਦੀ ਦੌਲਤ, ਜੋ ਤੁਹਾਡਾ ਘਰ ਆ, ਕਾਰੋਬਾਰ ਆ, ਪੈਲੀ ਆ, ਬੰਨਾ ਆ, ਇਹ ਸਾਰਾ ਗੁਰੂ ਦੀ ਦੌਲਤ ਆ, ਗੁਰੂ ਦੀਆਂ ਦਿੱਤੀਆਂ ਦਾਤਾਂ ਨੇ। ਔਰ ਤੁਸੀਂ ਇੱਕ ਚੈਰਿਟੀ ਦਾ ਕੰਮ ਕਰਨਾ, ਕਿਉਂਕਿ ਸਿੱਖੀ ਦਾ ਮੁੱਢ ਦਿਆ ਹੈ, ਤੌਲ ਧਰਮ ਦਿਆ ਕਰ। ਗੁਰੂ ਗੋਬਿੰਦ ਸਿੰਘ ਜੀ ਜਿਸ ਵੇਲੇ ਸਿੰਘ ਸਾਜੇ ਸੀ ਨਾ ਪੰਜ ਪਿਆਰੇ, ਅਤੇ ਸਭ ਤੋਂ ਪਹਿਲਾਂ ਭਾਈ ਦਿਆ ਸਿੰਘ ਜੋ ਦਿਆ ਆ ਗਈ ਅਤੇ ਧਰਮ ਆਪਣੇ ਆਪ ਆ ਗਿਆ। ਜਦੋਂ ਧਰਮ ਆ ਗਿਆ ਤਾਂ ਹਿੰਮਤ ਆਪਣੇ ਆਪ ਆ ਗਈ, ਹਿੰਮਤ ਆ ਗਈ ਅਤੇ ਤੁਹਾਡੇ ਵਿੱਚ ਇੱਕ ਜਿਹਨੂੰ ਤੁਹਾਨੂੰ ਜਿਹੜਾ ਵਾ ਸਾਹ ਮੁੱਖ ਮੁਤਾਬਿਕ ਆ ਜਾਣੀ ਆ, ਫਿਰ ਤੁਹਾਨੂੰ ਸਾਰਿਆਂ ਨੇ ਜੇ ਚਾਰ ਗੁਣ ਆ ਗਏ ਤਾਂ ਸਾਹ ਵੀ ਤੁਹਾਨੂੰ ਪੈਣਾ। ਤੋ ਦਿਆ ਜਿਹੜੀ ਇਹ ਆਪਣੇ ਵਿੱਚ ਜ਼ਰੂਰ ਮਨੁੱਖ ਨੂੰ ਲਿਆਉਣੀ ਚਾਹੀਦੀ ਹੈ। ਔਰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਪਿੰਡ ਦੇ ਬਿਲਕੁਲ ਗਰੀਬ, ਔਰ ਨਾਲ ਮੈਂ ਇਹ ਵੀ ਕਹਾਂਗਾ ਗਰੀਬ ਜਾਤੀ, ਕਿਸੇ ਖੇਤ ਮਜ਼ਦੂਰ ਦਾ ਬੱਚਾ ਜਾਂ ਉਹਦੀ ਬੱਚੀ, ਖੇਤ ਮਜ਼ਦੂਰ ਕਿਰਤੀ ਦਾ ਕਾਮੇ ਦਾ, ਉਹਦਾ ਬੱਚਾ ਜਾਂ ਬੱਚੀ ਜਾਂ ਉਸ ਬੱਚੀ ਜਾਂ ਬੱਚੇ ਦਾ ਬਾਪ ਨਾ ਹੋਵੇ ਤਾਂ ਉਹਨੂੰ ਪ੍ਰੈਫਰ ਕਰਨਾ, ਉਹਦੀ ਵਿਦਿਆ ਦੇ ਉੱਤੇ ਆਪਦੀ ਫੀਸ ਜਿਹੜੀ ਆ ਜ਼ਰੂਰ ਦੇ। ਵਿਦਿਆ ਵਿਚਾਰੀ ਤਾਂ ਪਰ ਪਕਾਰੀ, ਇਹ ਸਾਡੇ ਸਮਾਜ ਦਾ ਕਲਿਆਣ ਤਾਂ ਵੀ ਹੋਣਾ ਜੇ ਸਿਧਾਂਤ ਨਾਲ ਜੁੜ ਜਾਵੇ। ਸੋ ਇਹੋ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ। ਪੰਚਵੀ ਪਹੁੰਚੇ ਆ ਰਾਜਪੁਰ ਤੋਂ, ਉਹਨਾਂ ਦਾ ਵੀ ਧੰਨਵਾਦ ਆ। ਹੁਣ ਸਾਡੇ ਬੜੇ ਸਤਿਕਾਰਯੋਗ ਹਰਮਨ ਪਿਆਰੇ ਜਿਹੜੇ ਸਾਡੇ ਆ, ਸਾਡੇ ਨਾਲ ਬੜੇ ਇਹਨਾਂ ਦੇ ਸਕਰੇ ਸੰਬੰਧ ਰਹੇ ਆ, ਸਰਦਾਰ AR ਸਾਹਿਬ ਜੀ, ਮਲਕੀਤ ਸਿੰਘ ਜੀ, ਉਹ ਵੀ ਬੈਠੇ ਆ। ਇਹ ਇਸ ਤੋਂ ਪਹਿਲਾਂ ਵੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਕੇ ਗਏ ਆ, ਦੁਬਾਰਾ ਅੱਜ ਆਏ ਆ ਇੱਥੇ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਇਹਨਾਂ ਨੂੰ ਆ ਕੇ ਦੋ ਸ਼ਬਦ ਕਹਿਣ ਦੀ ਗੁਜ਼ਾਰਿਸ਼ ਕਰਦੇ ਹਾਂ। ਇਹਨਾਂ ਤੋਂ ਬਾਅਦ ਆਪਣੇ ਸਰਦਾਰ ਵਿਕਰਮਜੀਤ ਸਿੰਘ ਜੀ ਕੋਟਲਾ ਸ਼੍ਰੋਮਣੀ ਕਮੇਟੀ ਤੋਂ, ਉਹ ਤਿਆਰ ਰਹਿਣ, ਇਹ ਅੰਤਿਮ ਬੁਲਾਰੇ ਹੋਣਗੇ। ਉਸ ਤੋਂ ਬਾਅਦ ਜਿਹੜੀ ਸਮਾਪਤੀ ਹੋਏਗੀ, ਕੜਾ ਪ੍ਰਸ਼ਾਦ ਦੀ ਜੇਗ ਵਰਤੀ ਜਾਵੇਗੀ। ਬਹੁਤ ਹੀ ਵਿਰਾਗਮਈ ਸਮਾਗਮ ਵਿੱਚ ਜੁਗਲ ਜੁਗ ਅਟਲ ਸਾਹਿਬੇ ਕਮਾਲ ਦੋ ਜਹਾਂ ਦੇ ਵਾਲੀ ਲੋਟਿਆਂ ਦੀ ਓਟ ਦੇ ਆਸਰੇ
ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਸਤਿਕਾਰਯੋਗ ਵੀਰੋ ਭੈਣੋ ਨੌਜਵਾਨੋ ਬੱਚੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੇਕ ਹਜ਼ਾਰਤੀ ਜਾਗ ਨਾ ਕੋਈ ਥੇਰ ਰਿਹਾ ਦੇ ਮਾਂ ਬਾਪ ਅਨੁਸਾਰ ਸਾਡੇ ਸਤਿਕਾਰਯੋਗ ਮਾਤਾ ਰਤਨ ਕੌਰ ਜੀ ਸਵਾਸਾਂ ਦੀ ਜੋ ਪੂੰਜੀ ਪਰਮਾਤਮਾ ਪਾਸੋਂ ਲੈ ਕੇ ਆਏ ਸਨ ਉਹ ਪੋ ਕੇ ਚਲੇ ਗਏ। ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਮਨੁੱਖ ਨਹੀਂ ਆਇਆ ਜਾ ਸਕਦਾ। ਉਹ ਕਿਸ ਵੇਲੇ ਕਦੋਂ ਕਿੱਥੇ ਅਤੇ ਕਿਵੇਂ ਆ ਜਾਵੇ ਅੱਜ ਤੱਕ ਕਿਸੇ ਨੂੰ ਤਾਂ ਪਤਾ ਨਹੀਂ ਚੱਲਿਆ। ਪਰ ਜੋ ਮਨੁੱਖ ਜਾਂ ਇਸ ਸਰੀਰ ਇਸ ਸਮਾਜ 'ਚ ਆ ਕੇ ਕੋਈ ਚੰਗੀਆਂ ਗੱਲਾਂ ਕੋਈ ਵਧੀਆ ਗੱਲਾਂ ਪਰਿਵਾਰ ਲਈ ਸਮਾਜ ਲਈ ਕੋਈ ਕਰ ਜਾਵੇ ਤਾਂ ਫਿਰ ਦੁਨੀਆ ਇਸੇ ਤਰ੍ਹਾਂ ਯਾਦ ਕਰਦੀ ਹੈ। ਜਿਵੇਂ ਅੱਜ ਇੱਥੇ ਵੱਖ ਵੱਖ ਮਹਾਨ ਸ਼ਖਸੀਅਤਾਂ ਸਰਪੰਚ ਪੰਚ ਬਲਾਕ ਸਮਿਤੀ ਦੇ ਮੈਂਬਰ ਸਾਹਿਬਾਨ ਸਹਿਕਾਰਤਾ ਭਾਗ ਤੋਂ ਸਹਿਕਾਰਤਾ ਲਹਿਰ ਤੋਂ ਆਏ ਵੱਖ ਵੱਖ ਸ਼ਖਸੀਅਤਾਂ ਅਤੇ ਆਏ ਇਸ ਇਕੱਠ ਵਿੱਚ ਬੈਠੇ ਸਾਰੀ ਸੰਗਤ ਦੇ ਰੂਪ ਵਿੱਚ ਮਾਂ ਦਾ ਜੇ ਗੱਲ ਕਰੀਏ ਤਾਂ ਇੱਕ ਇਸਤਰੀ ਜਿਹੜੀ ਹੈ ਉਹ ਤਿੰਨ ਅਵਸਥਾਵਾਂ ਵਿੱਚੋਂ ਦੀ ਲੰਘਦੀ ਹੈ। ਪਹਿਲਾਂ ਆਪਣੇ ਮਾਂ ਬਾਪ ਦੇ ਪੇਕੇ ਘਰ ਦੇ ਵਿੱਚ ਆਪਣੇ ਭੈਣ ਭਰਾਵਾਂ ਨਾਲ ਲਾਡ ਪਿਆਰ 'ਚ ਪਲ ਕੇ ਪੜ੍ਹ ਕੇ ਲਿਖ ਕੇ ਪਰਵਾਨ ਚੜ੍ਹਦੀ ਹੈ ਅਤੇ ਫਿਰ ਵਿਆਹੀ ਜਾਂਦੀ ਹੈ ਅਤੇ ਆਪਣੇ ਧਰਮਪਤੀ ਦੇ ਨਾਲ ਮਿਲ ਕੇ ਪਰਿਵਾਰ ਨੂੰ ਚਲਾਉਂਦੀ ਹੈ। ਦੁੱਖ ਸੁੱਖ 'ਚ ਭਾਈਵਾਲ ਹੁੰਦੀ ਹੈ, ਉਹਦੀ ਦੇਸ਼ ਪ੍ਰੇਮ ਦੀ ਸੋਚਦੀ ਅਤੇ ਸਾਰਿਆਂ ਤੋਂ ਵੱਡਾ ਤੀਸਰਾ ਜਿਹੜੀ ਅਵਸਥਾ ਹੁੰਦੀ ਹੈ ਉਹ ਮਾਂ ਦੀ ਹੁੰਦੀ ਹੈ। ਮਾਂ ਬਾਰੇ ਜੇ ਗੱਲ ਕਰੀਏ ਅਤੇ ਮਾਂ ਦਾ ਰੁਤਬਾ ਜਿਹੜਾ ਹੈ ਗ੍ਰੰਥਾਂ ਵਿੱਚ ਗੁਰੂਆਂ ਨੇ ਕਿਤੇ ਵੀ ਲੈ ਲਵੋ ਕਿਸੇ ਵੀ ਧਰਮ 'ਚ ਲੈ ਲਵੋ ਬਹੁਤ ਹੀ ਮਹਾਨ ਜਿਹੜਾ ਗਿਣਿਆ ਜਾਂਦਾ। ਅਤੇ ਜੇ ਆਪਾਂ ਇਹ ਵੀ ਕਹਿ ਲਈਏ ਕਿ ਜੇ ਰੱਬ ਤੋਂ ਬਾਅਦ ਜੇ ਆਪਾਂ ਕੋਈ ਦੂਸਰਾ ਨਾਂ ਲੈਂਦੇ ਹਾਂ ਤਾਂ ਰੱਬ ਤੋਂ ਬਾਅਦ ਫਿਰ ਉਹ ਮਾਂ ਦਾ ਹੀ ਆਉਂਦਾ। ਖੁਸ਼ੀ ਹੋਵੇ ਗਮੀ ਹੋਵੇ ਤਾਂ ਮਾਂ ਹੀ ਮੂੰਹ ਨਿਕਲਦਾ। ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਕਵੀ ਨੇ ਮਾਂ ਬਾਰੇ ਲਿਖਦਿਆਂ ਕਿਹਾ ਹੈ, ਮਾਂ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਹ ਅਦਾਰੀ ਰੱਬ ਨੇ ਸਵਰਗ ਬਣਾਇਆ। ਵਾਕਿਆ ਹੀ ਮਾਂ ਇੱਕ ਐਸਾ ਕਨਸ਼ਾਵਾਂ ਬੂਟਾ ਹੈ ਜਿਹਦੀ ਛਾਂ ਹੇਠ ਬੈਠ ਕੇ ਆਪਾਂ ਇੱਕ ਠੰਡੀਆਂ ਹਵਾਵਾਂ ਦੇ ਚੌਕੇ ਲੈਂਦੇ ਹਾਂ। ਮਾਂ ਦੀ ਗੋਦੀ ਦਾ ਨਿੱਘ ਜਿਹੜਾ ਹੈ ਉਹ ਰੱਬ ਦੇ ਸਵਰਗ ਨਾਲੋਂ ਕਈ ਗੁਣਾ ਪਿਆਰਾ ਹੁੰਦਾ ਹੈ। ਮਾਂ ਆਪ ਤਾਂ ਗਿੱਲੇ 'ਤੇ ਪੈ ਜੂਗੀ, ਬੱਚੇ ਨੂੰ ਸੁੱਕੇ 'ਤੇ ਪਿਆਉਗੀ। ਇਸੇ ਤਰ੍ਹਾਂ ਹੀ ਮੁਸਲਮਾਨ ਧਰਮ ਦੇ ਵਿੱਚ ਮਾਂ ਦੇ ਪੈਰਾਂ ਵਿੱਚੋਂ
ਉਹ ਜੰਨਤ ਲੱਭਦੇ ਨੇ, ਸਵਰਗ ਲੱਭਦੇ ਨੇ। ਸੋ ਇਹਨਾਂ ਰੁਤਬਾ ਮੰਮਾਂ ਦਾ ਮਹਾਨ ਗਿਣ ਹੈ। ਸੋ ਜੇ ਆਪਾਂ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਸੋ ਕਿਉਂ ਮੰਦਾ ਆ ਕੇ ਜਿੱਤ ਜੰਮੇ ਰਾਜਾਨ, ਉਹ ਮਾਂ ਜਿਹਨੇ ਰਾਜਿਆਂ ਬਾਦਸ਼ਾਹਾਂ ਨੂੰ ਜਨਮ ਦਿੱਤਾ, ਬਾਦਸ਼ਾਹਾਂ ਨੂੰ ਨਹੀਂ ਪਾਤਸ਼ਾਹਾਂ ਨੂੰ ਜਨਮ ਦਿੱਤਾ। ਤੇ ਆਪਾਂ ਅਜਿਹੀ ਮਾਂ ਦਾ ਰੁਤਬਾ ਹੈ ਮਹਾਨ। ਜਦੋਂ ਗੱਲ ਕਰੀਏ ਮਾਤਾ ਰਤਨ ਕੌਰ ਜੀ ਦੀ, ਤੇ ਇੱਕ ਐਸੇ ਪਰਿਵਾਰ ਵਿੱਚ ਉਹ ਆਈ ਜਿੱਥੇ ਗੁੜ੍ਹਤੀ ਮਿਲੀ ਉਸਨੂੰ, ਸੇਵਾ ਦੀ, ਸੰਘਰਸ਼ ਦੀ, ਲਗਨ ਦੀ, ਤੇ ਆਣ ਕੇ ਇਹ ਪਰਿਵਾਰ ਜਿਹੜਾ ਸੀ ਸਰਦਾਰ ਪੂਰਨ ਸਿੰਘ, ਜਿਹੜਾ ਦੇਸ਼ ਭਗਤ ਪਰਿਵਾਰ ਸੀ ਗਿਣਿਆ ਜਾਂਦਾ ਸੀ ਜਿਹਦੇ ਨਾਂ ਤੇ, ਉਹਦੇ ਨਾਂ ਬਣ ਕੇ ਪਏ। ਉਹ ਗੁੜ੍ਹਤੀ ਸਰਦਾਰ ਪੂਰਨ ਸਿੰਘ ਹੋਰਾਂ ਤੋਂ ਲਈ ਇਹਨਾਂ ਨੇ, ਇਹ ਸਾਰੀ ਸੇਵਾ ਦੀ, ਭਗਤੀ ਦੀ, ਸੰਘਰਸ਼ ਦੀ। ਤੇ ਜਿੱਦਾਂ ਬਹੁਤ ਛੋਟੇ ਬੱਚੇ ਸਨ ਤੇ ਪਤੀ ਦਾ ਸਭ ਨੂੰ ਪਤਾ ਹੈ ਕਿਵੇਂ ਉਹ ਵਾਪਰਿਆ ਸੀ, ਘਟਨਾ ਹੋ ਗਿਆ, ਤੇ ਫਿਰ ਇੱਕ ਸੰਘਰਸ਼ ਉਹਨਾਂ ਵਿੱਢਿਆ, ਤੇ ਉਹ ਸੰਘਰਸ਼ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਇੰਨਾ ਹੀ ਨਹੀਂ ਆਰਥਿਕਤਾ ਨੂੰ ਸੁਧਾਰੀ ਰੱਖਣ ਦੇ ਲਈ ਵਧੀਆ ਢੰਗ ਨਾਲ ਖੇਤੀਬਾੜੀ ਕੀਤੀ ਗਈ, ਪ੍ਰੋਗਰੈਸ ਫਾਰਮਿੰਗ ਵੀ ਕੀਤੀ, ਭਾਵੇਂ ਬਿਮਾਰੀ ਨਾਲ ਲੰਮਾ ਸਮਾਂ ਉਹਨਾਂ ਨੂੰ ਬੈਠ ਕੇ ਵੀਲਚੇਅਰ ਤੇ ਰੁਕਣਾ ਪਿਆ, ਪਰ ਉੱਥੇ ਵੀ ਉਹਨਾਂ ਦੀ ਬੜਕ, ਉਹਨਾਂ ਦੀ ਜ਼ੁਰਤ, ਉਹਨਾਂ ਦੀ ਹਿੰਮਤ, ਉਹਨਾਂ ਦੀ ਲਗਨ ਨੇ ਪਰਿਵਾਰ ਨੂੰ ਜਿੱਥੇ ਸੇਵਾ ਲਈ ਵੀ ਤੋਰਿਆ। ਸਰਪੰਚੀਆਂ ਤਾਂ ਇਹਨਾਂ ਦੇ ਪਰਿਵਾਰ ਵਿੱਚ ਹੀ ਰਹੀਆਂ, ਸੇਵਾ ਤਾਂ ਇਹਨਾਂ ਦੇ ਪਰਿਵਾਰ 'ਚ ਹੀ ਲਈ, ਕਿਉਂਕਿ ਗੁੜ੍ਹਤੀ ਮਿਲੀ ਸੀ ਆਪਣੇ ਸਹੁਰੇ ਸਰਦਾਰ ਪੂਰਨ ਸਿੰਘ ਹੋਰਾਂ। ਸੋ ਕੀ ਕੀ ਗੱਲਾਂ ਕਰੀਏ, ਕਿੱਦਾਂ ਨਾ ਕਰੀਏ, ਅਤੇ ਜਦੋਂ ਫਿਰ ਮਾਂ ਵਿਛੜਦੀ ਹੈ ਅਤੇ ਉਹਨੂੰ ਹੀ ਪਤਾ ਹੈ ਕਿ ਕਿਵੇਂ ਮਾਂ ਦਾ ਵਿਛੋੜਾ ਹੋਣਾ, ਜਿਸ ਤਰ੍ਹਾਂ ਲਾ ਕੇ ਸੋ ਤਨ ਜਾਣੇ। ਸੋ ਅੱਜ ਉਹ ਸੰਘਰਸ਼ਮਈ ਮਾਂ ਵਿਛੜ ਗਈ ਹੈ, ਉਹ ਹਰ ਵੇਲੇ ਹੌਕਾ ਲੈਣ ਵਾਲੀ ਕਿ ਬੱਚਾ ਆਇਆ ਨਹੀਂ, ਉੱਥੇ ਡੀਕਦੀ ਰਹਿੰਦੀ ਹੁੰਦੀ ਸੀ ਵੀ ਅੱਜ ਆ ਹੁਣੇ ਆਉਂਦਾ, ਇੱਦਾਂ ਆਉਂਦਾ, ਕਿਵੇਂ ਆਊਗਾ, ਆਇਆ ਨਹੀਂ ਪ੍ਰਭ, ਇੱਦਾਂ। ਇਸੇ ਤਰ੍ਹਾਂ ਧੀਆਂ ਨੂੰ ਵੱਖ ਵੱਖ ਜਿੱਥੇ ਪਾਲਿਆ, ਪੋਸਿਆ, ਪੜ੍ਹਾਇਆ ਲਿਖਾਇਆ ਅਤੇ ਸਾਰਾ ਕੀਤਾ, ਅੱਜ ਉਹ ਮਮਤਾ ਦੀ ਛਾਂ ਉਹ ਨਿੱਘ ਦੇਣ ਵਾਲੀ ਮਾਂ ਨਹੀਂ ਰਹੀ। ਬਹੁਤ ਵੱਡਾ ਕਹਿ ਕੇਸ ਹੈ ਘਾਟਾ ਜਿਹੜਾ ਉਹ ਜਿੱਥੇ ਪਰਿਵਾਰ ਨੂੰ ਪਿਆ ਹੈ, ਉੱਥੇ ਅਸੀਂ ਵੀ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਹਾਂ, ਕਿਉਂਕਿ ਉਹ ਬੈਠੀ ਹੁੰਦੀ ਸੀ ਅਤੇ ਇੱਕ ਕੰਧ ਬਣ ਕੇ ਬੈਠੀ ਹੁੰਦੀ ਸੀ ਅਤੇ ਸਾਡੇ ਨਾਲ ਪ੍ਰਭ ਹੋ ਰਹੀ, ਸਾਰੇ ਆ ਪਰਿਵਾਰ ਜਿਹੜਾ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਤਕੜੇ ਹੋ ਕੇ ਜਦੋਂ ਜਦ ਕਰਦਾ ਹੁੰਦਾ ਸੀ, ਅਤੇ ਅੱਜ ਉਹਨਾਂ ਨੂੰ ਸੋਚਣਾ ਪੈਣਾ ਕਿ ਮਾਂ ਮਗਰ ਨਹੀਂ ਹੈ। ਮੇਰਾ ਇਸ ਪਰਿਵਾਰ ਨਾਲ ਵਾਹ ਸਿਆਸੀ ਤੌਰ 'ਤੇ ਹੀ ਨਹੀਂ ਪਿਆ, ਮੇਰਾ ਪਰਿਵਾਰ ਨਾਲ ਵਾਹ ਜਿਹੜਾ ਸਹਿਕਾਰਤਾ ਦੇ ਤੌਰ 'ਤੇ ਉਸ ਤੋਂ ਵੀ ਲੰਮਾ ਅਤੇ ਬਹੁਤ ਲੰਮਾ। ਆਪ ਬੈਠੇ ਨੇ ਸਰਦਾਰ ਬਾਬਾ ਸਿੰਘ ਹੋਰੀ ਵੀ, ਇਸੇ ਤਰ੍ਹਾਂ ਹੋਰ ਬੈਠੇ ਨੇ ਆਪਣੇ ਸਰਦਾਰ ਸਾਹਿਬ ਹੋਰੀ ਵੀ ਬੈਠੇ ਨੇ, ਬਲਾਕ ਸੰਮਤੀ ਮੈਂਬਰ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨੇ ਬੈਠੇ। ਸੋ ਜਿੱਥੇ ਉਹ ਪ੍ਰਧਾਨ ਸਾਹਿਬ ਵੀ ਪਿੱਛੇ ਉਹ ਨੁਕਰੇ ਲੱਗ ਕੇ ਬੈਠੇ ਨੇ, ਇਹਨਾਂ ਨੂੰ ਚਾਹੀਦਾ ਕਿ ਅੱਗੇ ਆ ਕੇ ਬਹਿਣਾ ਸੀ, ਇਹ ਵੀ ਸਹਿਕਾਰਤਾ ਨਾਲ ਜੁੜੇ ਨੇ।
ਤੇ ਇਸੇ ਤਰ੍ਹਾਂ ਹੀ ਹੁਣ ਮੈਂ ਧਿਆਨ ਮਾਰਾਂ ਤੇ ਹੁਣ ਨਾਂ ਕਿਦਾ ਕਿਦਾ ਲਈਏ। ਸੋ ਜਿੱਥੇ ਇਹ ਪਰਿਵਾਰ ਨੂੰ ਪਿਆ, ਸ਼੍ਰੋਮਣੀ ਅਕਾਲੀ ਦਲ ਨੂੰ ਪਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਹਲਕਾ ਇੰਚਾਰਜ ਜਿਹੜੇ ਥਾਪੇ ਗਏ ਨੇ ਉਹਨਾਂ ਦੇ ਭਾਈ ਸਾਹਿਬ ਆਏ ਨੇ, ਸਰਦਾਰ ਬਿਕਰਮਜੀਤ ਸਿੰਘ ਜੀ, ਡਾਕਟਰ ਦਲਵੀਰ ਸਿੰਘ ਜੀ ਰਾਤ ਦਿਨ ਇੱਕ ਕਰਕੇ ਉਹ ਸੇਵਾ ਕਰ ਰਹੇ ਸਨ ਅਤੇ ਫਿਰ ਇਹ ਪਰਿਵਾਰ ਜਿਹੜਾ ਉਹਨਾਂ ਦੇ ਨਾਲ ਜੁੜ ਕੇ ਰਾਤ ਦਿਨ ਇੱਕ ਕਰਕੇ ਜਿਹੜੀ ਉਹ ਸੇਵਾ ਕਰ ਰਹੇ ਸੀ। ਹੁਣ ਡਾਕਟਰ ਦਲਵੀਰ ਸਿੰਘ ਨੂੰ ਅਤੇ ਸਰਦਾਰ ਬਿਕਰਮਜੀਤ ਸਿੰਘ ਹੋਰਾਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। 10 ਦਿਨ ਡਿਊਟੀ ਤਾਂ ਜੰਡਿਆਲੇ ਦੀ, ਹੁਣ ਤਾਂ ਬਾਬਾ ਬਕਾਲਾ ਸਾਹਿਬ ਲਾਤੀ ਹੈ ਅਤੇ ਮੈਂ ਉੱਥੇ ਦਾ ਹਲਕਾ ਇੰਚਾਰਜ ਹੈ, ਉੱਥੇ ਸੇਵਾ ਕਰ ਰਿਹਾ ਤੁਹਾਡੀ ਦਾਸ। ਅਤੇ ਮੈਂ ਕਿਉਂਕਿ ਪਰਿਵਾਰ ਨਾਲ ਪਿਆਰ ਬੜਾ ਲੰਮਾ ਪੁਰਾਣਾ ਤੁਰਿਆ ਆ ਰਿਹਾ ਅਤੇ ਮੈਂ ਰਹਿ ਨਹੀਂ ਸਕਿਆ ਅਤੇ ਮੈਂ ਕਹਿੰਦੀ ਮੈਂ ਮਾਤਾ ਨੂੰ ਸ਼ਰਧਾ ਦੇ ਫੁੱਲ ਜ਼ਰੂਰ ਭੇਟ ਕਰਨੀ, ਸੋ ਆਇਆ ਵਾਂ। ਸੋ ਮੈਂ ਜਿੱਥੇ ਬਾਬਾ ਬਕਾਲਾ ਸਾਹਿਬ ਤੋਂ ਆਇਆ ਅਤੇ ਉੱਥੇ ਮੈਂ ਬਾਬਾ ਬਕਾਲਾ ਸਾਹਿਬ ਵੱਲੋਂ ਉੱਥੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਉੱਥੋਂ ਦੇ ਵਰਕਰਾਂ ਨੂੰ, ਕਿਉਂਕਿ ਇਹ ਵੀ ਸਾਡਾ ਅਕਾਲੀ ਦਲ ਦਾ ਪਰਿਵਾਰ ਹੈ, ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਅਤੇ ਸੰਮਤ ਸਾਹਾ ਲਿਖਿਆ ਅਖੀਰ ਵਿੱਚ, ਸੰਮਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ, ਦਿਓ ਸੱਜਣ ਸਿਸੜੀਆਂ, ਜੋ ਹੋਵੇ ਸਹਿ ਸੋ ਮੇਲ। ਇਹਨਾਂ ਹੀ ਸ਼ਬਦਾਂ ਨਾਲ ਮੈਂ ਪਰਿਵਾਰ ਦੇ ਦੁੱਖ ਵਿੱਚ ਸਹਾਈ ਹਾਂ ਔਰ ਪਰਮਾਤਮਾ ਪਾਸ ਅਰਦਾਸ ਕਰਨਾ ਹੈ ਕਿ ਜਿੱਥੇ ਮਾਤਾ ਨੂੰ ਚਰਨਾ 'ਚ ਨਿਵਾਸ ਬਖਸ਼ੇ, ਉੱਥੇ ਪਰਿਵਾਰ ਨੂੰ ਇਸ ਪਾਣੇ ਵਿੱਚੋਂ ਉਭਰਦਾ ਬਲ ਬਖਸ਼ੇ। ਇਹਨਾਂ ਹੀ ਕਹਿੰਦਾ ਫਤਿਹ ਜਾਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਤੋਂ ਸਰਦਾਰ ਤਰਲੋਚਨ ਸਿੰਘ ਜੀ, ਪ੍ਰੈਸ ਜਿਹੜੇ ਡੇਰੀਵਾਲ ਤੋਂ ਆਪਣੇ ਲਾਗਲੇ ਨਗਰ ਤੋਂ ਆ, ਉਹ ਵੀ ਜ਼ਿੰਮੇਵਾਰੀ ਨਿਭਾ ਰਹੇ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਰਦਾਰ ਬਾਵਾ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਚੇਅਰਮੈਨ ਜਿਹੜੇ ਆ ਸਹਿਕਾਰਤਾ ਦੇ ਨਾਲ ਸਾਡੇ ਹੀ ਡਿਪਾਰਟਮੈਂਟ 'ਚੋਂ ਆਏ ਆ, ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਮੈਨੇਜਰ ਤਿਲਕਰਾਜ ਜੀ ਵੀ ਆਏ ਆ, ਸੁਧੀਰ ਡਾਇਰੈਕਟਰ ਜੀ ਵੀ ਇੱਥੇ ਪਹੁੰਚੇ ਆ। ਸੋ ਇਸ ਤਰ੍ਹਾਂ ਮੈਂ ਕਈ ਵੀਰਾਂ ਦੇ ਨਾਂ ਨਹੀਂ ਲੈ ਸਕਿਆ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਬੁਲਾਰਿਆਂ ਨੂੰ, ਬਹੁਤ ਸਾਰੇ ਬੁਲਾਰਿਆਂ ਨੂੰ ਅਸੀਂ ਟਾਈਮ ਵੀ ਨਹੀਂ ਦੇ ਸਕੇ। ਹੁਣ ਸਰਦਾਰ ਕਿਤਨਜੀਤ ਸਿੰਘ ਜੀ ਕੋਟਲਾ, ਉਹ ਤੁਹਾਨੂੰ 2 ਮਿੰਟ ਲਈ ਜਿਹੜਾ ਤੁਹਾਡੇ ਰੂਬਰੂ ਹੋਣਗੇ, ਵਿਕਰਮ ਸਿੰਘ ਕੋਟਲਾ, ਉਹਨਾਂ ਤੋਂ ਬਾਅਦ 2 ਮਿੰਟ ਲਈ ਟਿੰਪੀ ਜੀ ਜਿਹੜੇ ਉਹ ਗੱਲ ਕਰਨਗੇ ਅਤੇ ਨਾਲ ਦੇਖ ਵਰਤਾਈ ਜਾਏਗੀ। ਸਾਹਿਬ ਕਮਾਲ, ਗਰੀਬ ਨਵਾਜ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਝੁਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚੱਲ ਸੀ, ਸਭ ਕੋਲ ਆਏ ਵਾਰੀਏ ਦੇ ਮਹਾਂਵਾਕ ਅਨੁਸਾਰ, ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਰਤਨ ਕੌਰ ਜੀ ਪਿਛਲੇ ਦਿਨ ਸਾਨੂੰ ਸਭ ਨੂੰ ਸਦੀਵ ਵੀ ਸੁਣਾ ਦੇ ਗਏ। ਸਾਧ ਸੰਗਤ ਜੀ, ਜਿਵੇਂ ਅਸੀਂ ਵੇਖਦੇ ਹਾਂ ਰੋਜ਼ਾਨਾ ਜੀਵਨ ਵਿੱਚ ਕਿ ਜਿਸ ਦਰਸਤੀ ਜਾਂ ਡੂੰਘੀ ਹੁੰਦੀ ਹੈ ਉਹ ਕਈ ਮੁਸੀਬਤਾਂ ਝੱਲਦਾ ਪਰ ਉਸੇ ਸਥਾਨ 'ਤੇ ਆਪਣੀ ਹੋਂਦ ਕਾਇਮ ਰੱਖਦਾ ਹੈ। ਉਸੇ ਤਰ੍ਹਾਂ ਜਿਹੜੀਆਂ ਮਾਵਾਂ ਵੀਆਂ ਪਰਿਵਾਰਾਂ ਦਾ ਧੁਰਾ ਹੁੰਦੀਆਂ ਅਤੇ ਡੂੰਘੀ ਜੜ ਬਣ ਕੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ, ਮੈਂ ਸਮਝਦਾ ਕਿ ਮਾਤਾ ਰਤਨ ਕੌਰ ਹੋਣਾ ਨੇ ਇਸ ਪਰਿਵਾਰ ਦੀ ਬਹੁਤ ਕਾਮਯਾਬੀ ਨਾਲ ਡੂੰਘੀ ਜੜ ਬਣ ਕੇ ਪਰਵਰਿਸ਼ ਬਹੁਤ ਵਧੀਆ ਢੰਗ ਨਾਲ ਪਰਵਰਿਸ਼ ਕੀਤੀ, ਜਿੱਥੇ ਇਸ ਪਰਿਵਾਰ ਨੂੰ ਬਹੁਤ ਵੱਡੇ ਮੁਕਾਮ 'ਤੇ ਪਹੁੰਚਾਇਆ। ਉੱਥੇ ਉਹਨਾਂ ਨੇ ਆਪਣਾ ਸਮਾਜ ਸੇਵਾ ਵਿੱਚ ਹੀ ਬਹੁਤ ਵਧੀਆ ਢੰਗ ਨਾਲ ਯੋਗਦਾਨ ਪਾਇਆ। ਸਾਧ ਸੰਗਤ ਜੀ, ਜੋ ਵੀ ਇਸ ਸੰਸਾਰ 'ਤੇ ਆਇਆ ਉਸਨੇ ਆਖਰ ਇੱਕ ਦਿਨ ਜਾਣਾ ਹੈ, ਕਿਉਂਕਿ ਸੱਚੇ ਪਾਤਸ਼ਾਹ ਦਾ ਇਹ ਹੁਕਮ ਹੈ, ਅਨੰਤ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਿਆਏ। ਜੋ ਇਨਸਾਨ ਇਸ ਸੰਸਾਰ 'ਤੇ ਆਉਂਦਾ ਉਹ ਮਾਲਕ ਵੱਲੋਂ ਸੀਮਤ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ। ਮਾਤਾ ਜੀ ਨੇ ਇਹਨਾਂ ਸਵਾਸਾਂ ਦੀ ਪੂੰਜੀ ਨਾਲ ਬਹੁਤ ਹੀ
ਨੇਕ ਕੰਮ ਕਰਕੇ ਜਿੱਥੇ ਧਰਮ ਦੀ ਕਮਾਈ ਕੀਤੀ ਉੱਥੇ ਉਹਨਾਂ ਨੇ ਸਮਾਜ ਵਿੱਚ ਪਰਿਵਾਰ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਸੋ ਅਜਿਹੇ ਜਿਹੜੇ ਇਨਸਾਨ ਦੁਨੀਆਂ 'ਤੇ ਆਉਂਦੇ ਉਹ ਦੂਜਿਆਂ ਵਾਸਤੇ ਜਿਹੜਾ ਮਾਰਗਦਰਸ਼ਨ ਕਰਦੇ ਆ, ਮਾਤਾ ਜੀ ਸਾਡੇ ਹਮੇਸ਼ਾ ਹੀ ਮਾਰਗਦਰਸ਼ਨ ਕਰਦੇ ਰਹਿਣਗੇ। ਮੈਂ ਸਮਝਦਾ ਕਿ ਇੰਨਾ ਪਿਆਰ ਮਾਤਾ ਜੀ ਦਾ ਬੱਚਿਆਂ ਨਾਲ ਕਿ ਇਸ ਟਾਈਮ 'ਤੇ ਜਦੋਂ ਬੱਚਾ ਇਨਸਾਨ ਆਪ ਬੱਚਿਆਂ ਵਾਲਾ ਹੋ ਜਾਂਦਾ ਉਸ ਵੇਲੇ ਵੀ ਜਿਹੜਾ ਅੱਖਾਂ ਭਰ ਆਉਣੀਆਂ ਅਥਾਹ ਭਰ ਪਿਆਰ ਹੀ। ਮੈਂ ਇੱਥੇ ਜਦੋਂ ਆਏ ਪਏ ਆਉਂਦਾ ਰਿਹਾ ਅਤੇ ਪ੍ਰਭ ਦੇ ਹੱਥ 'ਤੇ ਹੋਣਾ ਨਾ ਅਕਸਰ ਗੱਲਾਂ ਕਿਤੇ ਕਰਦੇ ਹਾਂ ਅਤੇ ਮਾਤਾ ਜੀ ਬਾਰੇ ਦੱਸਣਾ ਕਿ ਮਾਤਾ ਜੀ ਦਾ ਇਸ ਉਮਰ ਵਿੱਚ ਵੀ ਉਹਨਾਂ ਛੋਟੇ ਛੋਟੇ ਬੱਚਿਆਂ ਵਾਂਗੂ ਪਿਆਰ ਕਰਨਾ ਇਹ ਬਹੁਤ ਜ਼ਿਆਦਾ ਨਿੱਘਾ ਪਿਆਰ ਹੀ ਸਾਰੇ ਪਰਿਵਾਰ ਨਾਲ। ਜਿਸ ਤਰ੍ਹਾਂ ਕਿ ਆਪਾਂ ਇੱਥੇ ਵੇਖਿਆ ਕਿ ਬਹੁਤ ਦੂਰੋਂ ਦੂਰੋਂ ਇੱਥੋਂ ਸਰਪੰਚ ਆਏ, ਮਹਾਨ ਸ਼ਖਸੀਅਤਾਂ ਆਈਆਂ, ਉੱਥੇ ਬਹੁਤ ਵੱਡੇ ਰਾਜਨੀਤੀਵਾਨ ਵੀ ਇੱਥੇ ਆਏ ਨੇ, ਡਾਕਟਰ ਰਣਵੀਰ ਸਿੰਘ ਹੋਣੀ ਵੀ ਇੱਥੋਂ ਹਾਜ਼ਰੀ ਲਵਾਏ ਗਏ। ਸੋ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਥੇਦਾਰ ਮਲਕੀਤ ਸਿੰਘ ਏ ਆਰ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਚਿੱਚੇ ਤੌਰ 'ਤੇ ਆ ਕੇ ਇੱਥੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਅਸੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਅੱਗੇ ਕਿ ਦਿਓ ਸੱਜਣਾ ਸੇਸੜੀਆਂ ਜੋ ਹੋਵੇ ਸਾਹਿਬ ਸਮੇਤ ਸੱਚੇ ਪਾਤਸ਼ਾਹ ਮਾਤਾ ਜੀ ਦੇ ਪਵਿੱਤਰ ਰੂਹ ਨੂੰ ਆਪਣੇ ਰਜਾ ਵਿੱਚ ਰੱਖਣ ਅਤੇ ਸਦੀਵ ਕਾਲ ਦੇ ਨਿਵਾਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤ ਵਿੱਚ ਆਪਣੇ ਵਿੱਚ ਸਰਦਾਰ ਡਿੰਪੀ ਜੀ, ਸਰਜੀਤ ਸਿੰਘ ਡਿੰਪੀ ਉਹ ਪਹੁੰਚੇ ਆ, ਦੁੱਖ ਸ਼ਾਮਿਲ ਹੋਏ ਆ, 2 ਮਿੰਟ ਲਈ ਉਹ ਆਪਣੀ ਗੱਲ ਕਹਿਣਗੇ। ਉਹਨਾਂ ਤੋਂ ਪਹਿਲਾਂ ਮੈਂ 2-3 ਸ਼ਬਦ ਜਿਹੜੇ ਆ ਸਾਡੇ ਵਿੱਚ ਸਾਡੇ ਵਿਧਾਇਕ ਬੈਠੇ ਆ ਆਉਣ ਵਾਲੇ ਸਮੇਂ ਦੇ ਵਿੱਚ ਰਹਿਨਮਾਈ ਵੀ ਕਰਨਗੇ ਵਿੱਚੋਂ ਸਾਡੇ ਇਹਨਾਂ 'ਚੋਂ। ਸੋ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਕੈਂਸਰ ਇੱਕ ਅਜਿਹੀ ਬਿਮਾਰੀ ਆ ਜਿਹੜੀ ਨਾਮਰਾਦ ਬਿਮਾਰੀ ਪੂਰੇ ਦੇਸ਼ ਵਿੱਚ, ਪੂਰੇ ਸੰਸਾਰ 'ਚ ਅਤੇ ਪੂਰੇ ਹੁਣ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹਨੇ ਬੜੀ ਬੁਰੀ ਤਰ੍ਹਾਂ ਲਪੇਟ ਲਿਆ। ਵੇਖੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਕੈਂਸਰ ਦੀ ਨਾਮਰਾਦ ਬਿਮਾਰੀ ਨਾਲ ਸਾਨੂੰ ਜਨਤਕ ਤੌਰ 'ਤੇ ਲੜਨਾ ਪੈਣਾ। ਸਾਡੀ ਲੜਾਈ ਸਿਰਫ ਡਾਕਟਰਾਂ ਤੱਕ ਸੀਮਿਤ ਨਹੀਂ ਰਹਿ ਗਈ। ਵੇਖੋ ਸਾਡੇ ਘਰ ਤੋਂ ਕੈਂਸਰ ਸ਼ੁਰੂ ਹੁੰਦੀ ਆ, ਸਾਡੇ ਨੁਮਾਇੰਦੇ ਬੈਠੇ ਆ, ਲਾਪਰਵਾਹੀ ਆ ਸਭ ਤੋਂ ਵੱਡੀ ਸਾਡੀਆਂ ਸਰਕਾਰਾਂ ਦੀ, ਭਾਵੇਂ ਉਹ ਸੈਂਟਰ ਦੀਆਂ ਹੋਣ ਭਾਵੇਂ ਸਾਡੀ ਸਟੇਟ ਦੀਆਂ ਹੋਣ। ਵੇਖੋ ਕਿਸਾਨ ਜਿਹੜਾ ਫਸਲ ਪਾਲਦਾ ਵਾ ਇਸ ਵੇਲੇ ਅਸੀਂ ਜ਼ਹਿਰ ਖਾ ਰਹੇ ਹਾਂ, ਕਣਕ ਸਭ ਤੋਂ ਜ਼ਿਆਦਾ ਅਸੀਂ ਖਾਂਦੇ ਹਾਂ ਰੋਜ਼, ਅਤੇ ਰੋਜ਼ ਸਾਡੇ ਅੰਦਰ ਜਿਹੜੀ ਆ 20-30 ਗ੍ਰਾਮ ਜਿਹੜੀ ਪੋਇਜ਼ਨ ਜਾ ਰਹੀ ਹੈ, ਜਿਹੜੀ ਸਿੱਧਾ ਜ਼ਹਿਰ ਜਿਹੜੀ ਕੈਂਸਰ ਸਾਡੇ ਅੰਦਰ ਜਾ ਰਹੀ ਆ। ਸਰਕਾਰਾਂ ਨੂੰ ਜਿਹੜਾ ਵਾ ਇਹਦੇ ਬਾਰੇ ਬਹੁਤ ਜ਼ਿਆਦਾ ਧਿਆਨ ਦੇਣਾ ਪੈਣਾ। ਸਰਕਾਰ ਜਿਹੜੀ ਆ ਔਰਗੈਨਿਕ ਖੇਤੀ ਵੱਲ ਜਿਹੜੀ ਆ ਕਿਸਾਨਾਂ ਨੂੰ ਲੈ ਕੇ ਜਾਵੇ, ਕਿਉਂਕਿ ਇਸ ਮੌਕੇ 'ਤੇ ਮੈਂ ਇਹ ਗੱਲ ਕਹਿ ਰਿਹਾ ਭਾਈ ਅਗਰ ਕਿਸਾਨਾਂ ਨੂੰ ਜਿਹੜਾ ਖੇਤੀ ਦਾ ਜਿਹੜਾ ਧੰਦੇ ਦੇ ਵਿੱਚ ਜਿਸ ਤਰ੍ਹਾਂ ਅਸੀਂ ਕੋਈ ਵੀ ਔਰਗੈਨਿਕ ਫਸਲ ਬੀਜਦੇ ਹਾਂ, ਜੇ ਘੱਟੋ ਘੱਟ ਜਿਹੜਾ ਉਹਦਾ ਮੁੱਲ ਜਾਂ ਉਨਾ ਮੁਆਵਜ਼ਾ ਕਿਸਾਨ ਨੂੰ ਦਿੱਤਾ ਜਾਵੇ, ਅਤੇ ਮੇਰਾ ਖਿਆਲ 1-2 ਸਾਲਾਂ ਦੇ ਮਗਰੋਂ ਜਿਹੜਾ ਕਿਸਾਨ ਜੇ ਫਸਲ ਬੀਜਣੀ ਸ਼ੁਰੂ ਕਰਦੇ ਅਤੇ ਇਹ ਜਿਹੜਾ ਅਸੀਂ ਇਸ ਤੋਂ ਬਚਣਾ, ਬਹੁਤ ਜ਼ਿਆਦਾ ਜਿਹੜੀ ਆ ਘਾਤਕ ਬਿਮਾਰੀ ਵੱਲ ਨੂੰ ਅਸੀਂ ਵੱਧ ਰਹੇ ਹਾਂ, ਪਾਣੀ 'ਚ ਪੋਇਜ਼ਨ, ਸਾਡੀ ਹਵਾ 'ਚ ਜ਼ਹਿਰ, ਸਾਨੂੰ ਇਸ ਤੋਂ ਬਚਣ ਲਈ ਸਾਨੂੰ ਪੌਦਿਆਂ ਦੀ ਸਾਡੀ ਫਸਲਾਂ ਦੀ ਰਾਖੀ ਕਰਨੀ ਪੈਣੀ ਆ। ਮੈਂ ਇੱਥੇ ਜਿਹੜੇ ਸਾਡੇ ਨੁਮਾਇੰਦੇ ਆਇਆ, ਮੈਂ ਉਹਨਾਂ ਵਾਲੀ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਹੋਰ ਸਾਰੇ ਕੰਮਾਂ ਨੂੰ ਛੱਡ ਕੇ ਜਿਹੜੀ ਆ
ਇਸ ਬਿਮਾਰੀ ਨੂੰ ਰੋਕਣ ਲਈ ਤੁਸੀਂ ਆਪਣਾ ਇੱਕ ਖੰਭੜਾ ਮਾਰੋ, ਇੱਕ ਇੱਕ ਪੌਦਾ ਜਿਹੜਾ ਵਾ ਲਾਓ, ਅਤੇ ਜਿਹੜੀ ਸਰਕਾਰਾਂ ਤੱਕ ਸਾਡੀ ਜਿਹੜੀ ਆ ਇਸ ਚੀਜ਼ ਨੂੰ ਪਹੁੰਚਾਓ ਕਿ ਹੁਣ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਮਾਲਵਾ ਸੀ, ਹੁਣ ਅੰਮ੍ਰਿਤਸਰ ਜਿਹੜਾ ਕੈਂਸਰ ਦੀ ਲਪੇਟ ਵਿੱਚ ਆ ਚੁੱਕਾ, ਸਾਡਾ ਪਾਣੀ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਾ ਵਾ, ਸਾਨੂੰ ਇਸ ਤੋਂ ਬਚਣ ਦੀ ਲੋੜ ਆ, ਅਸੀਂ ਦਵਾਈਆਂ ਜ਼ਹਿਰਾਂ ਘੱਟ ਕਰੀਏ, ਘੱਟ ਤਾਂ ਕਰ ਸਕਦੀ ਜੇ ਸਰਕਾਰਾਂ ਸਾਡੀ ਕਿਸਾਨਾਂ ਦੀ ਬਾਂਹ ਫੜੇਗੀ। ਸੋ ਮੈਂ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ ਧੰਨਵਾਦ ਕਰਦਾ, ਅਤੇ ਅੰਤ ਵਿੱਚ ਡੀਪੀ ਜਿਹੜੇ ਆ ਉਹ ਤੁਹਾਡੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਤ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਕੱਤਰ ਹੋਏ ਹਾਂ ਜੀ ਮਾਤਾ ਰਤਨ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ। ਨਿੱਜੀ ਤੌਰ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜੇ ਹਾਂ, ਮੈਂ ਮਾਤਾ ਜੀ ਨੂੰ ਪਹਿਲੇ ਨਾਲ ਦਰਸ਼ਨ ਕੀਤੇ ਨਾ ਮੈਂ ਜਾਣਦਾ ਸੀ, ਪਰ ਅੱਜ ਮੈਂ ਆਪਣੇ ਬੜੇ ਸੁਭਾਗ ਸਮਝਦਾ ਕਿ ਐਸੀ ਮਾਤਾ ਜੀ ਨੂੰ ਬੋਲ ਕੇ ਗਏ ਅਤੇ ਮਾਤਾ ਜੀ ਬਾਰੇ ਪਰਿਵਾਰ ਬਾਰੇ ਦੱਸ ਕੇ ਗਏ ਆ। ਮੈਂ ਸਜਦਾ ਕਰਦਾ ਐਸੀ ਮਾਤਾ ਨੂੰ ਜਿਹਨੇ ਆਪਣਾ ਜੀਵਨ ਇੰਨੇ ਵੱਡੇ ਸੰਘਰਸ਼ ਦੇ ਵਿੱਚ, ਇੰਨੇ ਸਾਲ ਵੀਲ ਚੇਅਰ ਤੇ ਰਹਿਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ। ਵੈਸੇ ਤਾਂ ਹਰ ਮਾਤਾ ਜੋ ਦੁਨੀਆ ਦੀ ਮਾਤਾ ਹੈ ਉਹ ਬਹੁਤ ਵੱਡਾ ਫਰਜ ਨਿਭਾ ਰਹੀ ਹੈ, ਕਿ ਮਾਤਾ ਤੋਂ ਵੱਡਾ ਕੋਈ ਹੋਰ ਉੱਚਾ ਕੋਈ ਦਰਜਾ ਨਹੀਂ। ਭਾਈ ਸਾਹਿਬ ਨੂੰ, ਭਾਈ ਪਰਦਿਆਲ ਸਿੰਘ ਜੀ ਨੂੰ ਜੋ ਅੱਜ ਘਾਟਾ ਪਿਆ, ਉਹ ਸਾਰਾ ਪਿੰਡ, ਸਾਰਾ ਇਲਾਕਾ, ਸਾਰਾ ਹਲਕਾ ਪਰਦਿਆਲ ਸਿੰਘ ਜੀ ਕਹਿ ਕੇ ਤੇ ਬੁਲਾਵੇਗਾ, ਵੀ ਪ੍ਰਭ ਕਹਿ ਕੇ ਕੋਈ ਬੁਲਾਉਣ ਵਾਲਾ ਸ਼ਾਇਦ ਨਹੀਂ ਆਇਆ। ਉਹ ਮਾਤਾ ਦਾ ਸੀ ਕਿ ਇਹਨਾਂ ਦੇ ਆਉਣ ਤੇ ਕੁਛ ਵੀ ਇਹ ਲੈਣਗੇ, ਪ੍ਰਭ ਜੀ ਜਾਂ ਦਿਆਲ ਕਿੱਥੋਂ ਆਇਆ, ਕਿਉਂ ਲੇਟ ਹੋ ਗਏ। ਮਾਤਾ ਦੇ ਅੰਦਰ ਇੱਕ ਹਮੇਸ਼ਾ ਹੀ ਇੱਕ ਲੱਗੀ ਰਹਿੰਦੀ, ਜਦੋਂ ਬੇਟਾ ਬੱਚਾ ਬਾਹਰ ਜਾਂਦਾ ਉਹ ਚਾਹੇ ਬਾਹਰ ਸੁਰੱਖਿਅਤ ਹੁੰਦਾ ਆਪਣੀ ਜਗ੍ਹਾ ਤੇ, ਪਰ ਮਾਤਾ ਦਾ ਦਿਲ ਤੜਫਦਾ ਰਹਿੰਦਾ ਕਿ ਕਦੋਂ ਉਹ ਘਰ ਆਵੇ, ਫਿਰ ਉਹਨੂੰ ਸਹਿਜ ਮਿਲਦਾ ਕਿ ਠੀਕ ਹੈ ਅੱਜ ਬੱਚਾ ਮੇਰਾ ਹੁਣ ਘਰ ਪਹੁੰਚਦਾ। ਸੋ ਜੋ ਜੁੱਧਵੀਰ ਭਾਅ ਜੀ ਨੇ ਪਹਿਲੇ ਹੀ ਮਾਤਾ ਜੀ ਬਾਰੇ, ਪਰਿਵਾਰ ਬਾਰੇ ਬਹੁਤ ਵੱਡੀ ਜਾਣਕਾਰੀ ਦਿੱਤੀ, ਤੇ ਉੱਥੇ ਸਾਰੇ ਹੀ ਜੋ ਸਿਆਸੀ ਸ਼ਖਸੀਅਤਾਂ ਬਹੁਤ ਸਤਿਕਾਰਯੋਗ ਇੱਥੇ ਬਿਰਾਜਮਾਨ ਨੇ, ਸਮਾਜਿਕ ਸ਼ਖਸੀਅਤਾਂ ਆਈਆਂ ਨੇ, ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਨੇ। ਉੱਥੇ ਮੈਂ ਜ਼ਿਕਰ ਕਰਾਂਗਾ ਭਾਈ ਸਾਹਿਬ, ਭਾਈ ਸਰਬਜੀਤ ਸਿੰਘ ਜੀ ਜੋ ਇਹਨਾਂ ਨੇ ਸ਼ਰਧਾਂਜਲੀ ਦਿੱਤੀ, ਜੋ ਇਹਨਾਂ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਭਾਈ ਸਾਹਿਬ ਨੂੰ ਦੋ ਤਿੰਨ ਚੀਜ਼ਾਂ ਦੇ ਬਾਰੇ ਦੱਸਿਆ, ਤੇ ਮੇਰਾ ਖਿਆਲ ਆ ਕਿ ਪਰਿਵਾਰ ਵਾਸਤੇ ਸਭ ਤੋਂ ਵੱਡੀ ਸ਼ਰਧਾਂਜਲੀ ਮਾਤਾ ਜੀ ਵਾਸਤੇ ਉਹੀ ਹੋਏ। ਭਾਈ ਸਾਹਿਬ ਜਿਸ ਤਰ੍ਹਾਂ ਜ਼ਿਕਰ ਕਰਕੇ ਗਏ ਆ ਕਿ ਰੁੱਖ ਲਗਾਉਣ ਦਾ, ਸਮਾਂ ਬਹੁਤ ਥੋੜ੍ਹਾ, ਮੈਂ ਬਸ ਇੱਕ ਅੱਧੇ ਮਿੰਟ ਵਿੱਚ ਸਮਾਪਤੀ ਕਰ ਦਿਆਂਗਾ। ਅੱਜ ਜ਼ਰੂਰਤ ਵਾਕਈ ਹੀ ਇੰਨੀ ਬਣ ਗਈ ਹੈ ਭਗਤ ਪੂਰਨ ਸਿੰਘ ਜੀ ਜੋ ਆਪਾਂ ਨੂੰ ਆਗਾਹ ਕਰਕੇ ਗਏ ਆ ਕਿ ਜੇ ਬਚਣਾ ਜੇ ਤੇ ਰੁੱਖ ਲਗਾਓ, ਪਰ ਜੋ ਅੱਜ ਪੰਜਾਬ ਦੇ ਹਾਲਾਤ ਹੋ ਗਏ ਆ, ਜਿਸ ਬਿਮਾਰੀ ਤੋਂ ਮਾਤਾ ਜੀ ਵੀ ਪੀੜਿਤ ਸਨ, ਉਹ ਬਿਮਾਰੀ ਨੇ ਸਾਨੂੰ ਬਹੁਤ ਚੋਰ ਤਰੀਕੇ ਨਾਲ ਆਣ ਕੇ ਜਕੜ ਲਈ ਹੈ, ਪਰ ਅਸੀਂ ਅਜੇ ਵੀ ਨਵੇਸਲੇ, ਅਜੇ ਵੀ ਬੈਠੇ, ਆਪਾਂ ਨੂੰ ਅਜੇ ਵੀ ਪਤਾ ਨਹੀਂ ਲੱਗ ਰਿਹਾ। ਭਗਤ ਪੂਰਨ ਸਿੰਘ ਜੀ ਨੇ ਕਿਹਾ ਸੀ ਕਿ 2030 ਤੱਕ ਜੇ ਤੁਸੀਂ ਆਪਣਾ ਦੁੱਖ ਰੁੱਖ ਲਗਾਉਣ ਦਾ
ਮੌਕਾ ਨਾ ਸਾਂਭਿਆ ਤੇ ਤੁਹਾਡਾ ਜੋ ਪੰਜਾਬ ਹੈ ਰਾਜਸਥਾਨ ਤੋਂ ਵੀ ਪੈੜਾ ਹੋ ਜਾਵੇ। ਸੋ ਆਪਾਂ ਵੇਖ ਰਹੇ ਹਾਂ ਹਾਲਾਤ ਉਹ ਬਣ ਰਹੇ ਆ, ਪਰ ਅੱਜ ਆਪਾਂ ਨੂੰ ਜ਼ਰੂਰਤ ਹੈ ਸਾਰਿਆਂ ਨੂੰ ਹੰਬਲਾ ਮਾਰਨ ਦੀ, ਸਾਰਿਆਂ ਨੂੰ ਇੱਕ ਇਕੱਠੇ ਹੋ ਕੇ ਇਸ ਵਿੱਚ ਕਿਸੇ ਗੁਰੂ ਪਿਆਰੇ ਇੱਕ ਰੁੱਖ ਤੇ ਆਪਾਂ ਨਾਲ ਲੈ ਜਾਂਦੇ ਹਾਂ, ਜਿਹਦੇ ਨਾਲ ਆਪਣਾ ਸੰਸਕਾਰ ਹੁੰਦਾ ਇੱਕ ਰੁੱਖ ਤੇ ਆਪਾਂ ਆਪਣੇ ਨਾਲ ਹੀ ਲੈ ਜਾਂਦੇ ਹਾਂ। ਸਾਨੂੰ ਘੱਟੋ ਘੱਟ ਇੱਕ ਇੱਕ ਜਾਣੇ ਨੂੰ ਦੋ ਰੁੱਖ ਤੇ ਘੱਟੋ ਲੱਖ ਲਗਾਉਣੇ ਚਾਹੀਦੇ। ਤੇ ਜਿੱਥੇ ਭਾਈ ਸਾਹਿਬ ਨੂੰ ਨਾ ਕਿਹਾ ਕਿ ਜਿੱਥੇ ਮਾਤਾ ਜੀ ਦਾ ਸੰਸਕਾਰ, ਅਸੀਂ ਵੀ ਉੱਥੇ ਆਏ ਸੀ, ਇੱਥੇ ਮਾਤਾ ਜੀ ਦਾ ਜਿੱਥੇ ਸੰਸਕਾਰ ਹੋਇਆ ਉੱਥੇ ਰੁੱਖ ਜ਼ਰੂਰ ਲਗਾਉਣ। ਬਲਕਿ ਇੱਕ ਨਹੀਂ, ਮੈਂ ਤੇ ਬੇਨਤੀ ਕਰਾਂਗਾ ਕਿ ਬੜੀ ਗੁਰੂ ਮਹਾਰਾਜ ਦੀ ਕਿਰਪਾ ਇਹਨਾਂ ਦਾ ਦੇਖ ਕੇ ਗ੍ਰੀਨਿੰਗ ਦੇ ਕੇ ਵੀ ਮਨ ਖੁਸ਼ ਹੁੰਦਾ, ਫਰਜ਼ ਹੈ ਕਿ ਆਪਾਂ ਥੋੜ੍ਹਾ ਜਿਹਾ ਨਾ ਪਿੱਛੇ ਹਟ ਗਏ ਇਹਨਾਂ ਤੋਂ। ਮੈਂ ਇੱਕੋ ਹੀ ਇੱਕ ਗੱਲ ਦਾ ਜ਼ਿਕਰ ਕਰਕੇ ਮੈਂ ਸਮਾਪਤੀ ਕਰਾਂਗਾ ਕਿ ਮੈਂ ਥੋੜ੍ਹੇ ਦਿਨ ਸੰਗਰੂਰ ਤੋਂ ਵਕੀਲ ਹੈ ਉਹਦਾ ਮੈਂ ਵਟਸਐਪ ਤੇ ਸੁਣ ਰਿਹਾ ਸੀ, ਉਹਨੇ ਬੜੀ ਸੋਹਣੀ ਆਡੀਓ ਵੀਰੋ ਭੇਜੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੱਡੇ ਵੱਡੇ